बोलो जी परमेश्वर पिता दुख रोग का डेरा पन्ना आनंद करहे नर नारी हर हर प्रभु कृपा तारी संतो हो सुख हो सब थाई
ਪਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿਆ ਸਭਨੀ ਜੈ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਥ ਵਖਾਨਾ ਗੁਰਬਾਣੀ ਨਾਲ ਜੁੜ ਕੇ ਤੁਰਕੀ ਬਾਣੀ ਨਾਲ ਸਾਡਾ ਕਨੈਕਸ਼ਨ ਬਣਨਾ ਚਾਹੀਦਾ ਸਾਡੇ ਧੁਰੇ ਨਾਲ ਉਹੀ ਪਰਮਾਤਮਾ ਹੈ ਗੁਰਬਾਣੀ ਵੀ ਧੁਰੇ ਚੋਂ ਆਈ ਹੈ ਜੇ ਗੁਰਬਾਣੀ ਨਾਲ ਜੁੜ ਜਾਈਏ ਤੇ ਸਾਨੂੰ ਸਾਡੇ ਧੁਰੇ ਨਾਲ ਜੋੜ ਦਿੰਦੀ ਹੈ ਫਿਰ ਹਰ ਵੇਲੇ ਗਾਈਡ ਕਰਨ ਵਾਲਾ ਪਰਮਾਤਮਾ ਹਰ ਵੇਲੇ ਸਾਨੂੰ ਜ਼ਿੰਦਗੀ ਦੇ ਹਰ ਮੋੜ ਤੇ ਹਰ ਜਗ੍ਹਾ ਉਹ ਸਤਿਗੁਰੂ ਉਹ ਪਰਮਾਤਮਾ ਸਾਨੂੰ ਹਰ ਵੇਲੇ ਮਾਲਕ ਸੇਧ ਦਿੰਦਾ ਜਿਵੇਂ ਬਾਹਰਲਾ ਪਾਣੀ ਟਿਊਬਵੈਲ ਵਿੱਚ ਪਾਈਏ ਨਲਕੇ ਚ ਪਾਈਏ ਫਿਰ ਨਲਕੇ ਵਾਲਾ ਪਾਣੀ ਬਾਹਰ ਆ ਜਾਂਦਾ ਨਾ ਧਰਤੀ ਵਾਲਾ ਜਿਹੜਾ ਆਪਾਂ ਬਾਹਰੋਂ ਪਾਇਆ ਕਦੇ ਨਾ ਕਦੇ ਉਹ ਵੀ ਤੇ ਧਰਤੀ ਚੋਂ ਹੀ ਆਇਆ ਸੀ ਜਦੋਂ ਬਾਹਰੋਂ ਬਾਣੀ ਪੜ੍ਹਦੇ ਜਾਵਾਂਗੇ ਫਿਰ ਅੰਤਰ ਖੂਹ ਦਾ ਅੰਮ੍ਰਿਤ ਭਰਿਆ ਅੰਦਰ ਵਾਲੇ ਖੂਹ ਨਾਲ ਜੁੜ ਜਾਵਾਂਗੇ ਸ਼ਬਦ ਹੈ ਕਾਢ ਪੀਏ ਪਨਿਹਾਲ ਜੇ ਅੰਦਰ ਵਾਲੇ ਸ਼ਬਦ ਨਾਲ ਜੁੜਨਾ ਹੈ ਤੇ ਬਾਹਰੋਂ ਬਾਣੀ ਪੜ੍ਹਨੀ ਪੈਣੀ ਹੈ ਸਮਝਣੀ ਪਈ ਸਮਝੀਏ ਗੁਰਬਾਣੀ ਨੂੰ ਸਮਝਦੇ ਹਾਂ ਜਦੋਂ ਹੌਲੀ ਹੌਲੀ ਫਿਰ ਰਾਹ ਵੱਖੋ ਵੱਖਰੇ ਨੇ ਉਹਦੇ ਤੱਕ ਜਾਣ ਦੇ ਸਾਡੇ ਵਾਲਾ ਜਿਹੜਾ ਰਾਹ ਹੈ ਉਹ ਹੈ ਧਰਮ ਦਾ ਵਿਸ਼ਾ ਸਾਡੇ ਗੁਰੂ ਸਾਹਿਬ ਨੇ ਸਾਨੂੰ ਏਦਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਆਓ ਅੰਮ੍ਰਿਤ ਬਾਣੀ ਗਾਈਏ ਹਰ ਅੰਮ੍ਰਿਤ ਬਾਣੀ ਗਾਵੇ ਬਾਣੀ ਗਾਈਏ ਤੇ ਜਦੋਂ ਬਾਣੀ ਗਾ ਰਹੇ ਹਾਂ ਤੇ ਸਮਝ ਲਓ ਸਾਧਾਂ ਦੀ ਧੂੜੀ ਵਿੱਚ ਨਹਾ ਰਹੇ ਸਾਧੂ ਦੀ ਧੂੜੀ ਵਿੱਚ ਨਹਾਉਣਾ ਕੀ ਹੁੰਦਾ ਬਾਣੀ ਗਾਉਣਾ ਹਰ ਅੰਮ੍ਰਿਤ ਬਾਣੀ ਗਾਵੇ ਸਾਧਾ ਕੀ ਧੂਰੀ ਨਾਵੇ ਹਰ ਅੰਮ੍ਰਿਤ ਬਾਣੀ ਗਾਵੇ ਸਾਧਾ ਕੀ ਧੂਰੀ
ਬੜ ਭਾਗੀ ਸਤ ਗੁਰ ਪਾਇਆ ਜਿਨ ਜਮ ਪੰਥ ਮਿਟਾਇਆ ਹਰ ਭਗਤ ਹਾਏ ਚਿਤ ਜਪ ਜੀਵੈ ਸੇ ਵਡ ਪਾਤਾ ਹਰ ਅੰਮ੍ਰਿਤ ਬਾਣੀ ਸਾਧਾ ਕੀ ਧੂਰੀ ਨਾਮ ਆਪਣਾ ਪ੍ਰਭ ਕਰੁਣ ਰੱਖ ਲਿਆ ਹਰ ਦਰਸ਼ਨ ਕਿਰਪਾ ਅੰਦਰ ਜਾਮੀ ਦਾਸ ਨਾਨਕ ਸ਼ਰਨ ਸੁਆਮੀ ਹਰ ਅੰਮ੍ਰਿਤ ਬੋਲੋ ਜੀ ਬੋਲੋ ਸਾਧਾ ਕੀ ਹਰ ਅੰਮ੍ਰਿਤ ਬਾਣੀ ਸਾਧਾ ਕੀ ਪੂਰੀ ਬਾਣੀ ਗਾਵੇ ਅੰਮ੍ਰਿਤ ਬਾਣੀ ਗਾਵੇ
Bye.
ਨਾਲ ਨਾਮ ਜਪੀਏ ਕੰਨੀ ਸੁਣੀਏ ਗੁਰਾਂ ਦੀ ਬਾਣੀ ਜੀਵਾ ਨਾਲ ਨਾਮ ਜਪੀਏ ਸਾਹਿਬ ਦੀ ਬਾਣੀ ਨਾਮ ਜਪੀਏ ਕੰਨੀ ਸੁਣੀਏ ਗੁਰਾਂ ਦੀ ਬਾਣੀ ਜੇਵਾ ਨਾਲ ਨਾਮ ਜਪੀਏ ਕੰਨੀ ਸੁਣੀਏ ਗੁਰਾਂ ਦੀ ਬਾਣੀ ਜੇਵਾ ਨਾਲ ਨਾਮ ਜਪੀਏ ਕੰਨੀ ਸੁਣੀਏ ਗੁਰਾਂ ਦੀ ਬਾਣੀ ਨਾਲ ਨਾਮ ਜਪੀਏ ਕੰਨੀ ਸੁਣੀਏ ਗੁਰਾਂ ਦੀ ਬਾਣੀ ਜੀਵਾ ਨਾਲ ਨਾਮ ਜਪੀਏ ਸੁਣ ਲੈ ਵੱਡੇ ਪਾਤਸ਼ਾਹ ਸਤਿਗੁਰ ਦੀ ਬਿਰਧ ਬਾਣੀ ਸੁਣ ਲੈ ਵੱਡੇ ਪਾਤਸ਼ਾਹ ਸਤਿਗੁਰ ਦੀ ਬਿਰਧ ਬਾਣੀ ਸੁਣ ਲੈ ਵੱਡੇ ਪਾਤਸ਼ਾਹ ਸਤਿਗੁਰ ਦੀ ਸੁਣ ਲੈ ਵੱਡੇ ਪਾਤਸ਼ਾਹ ਸਾਡੋ ਸਾਨੂੰ ਜੀ ਸੁਣ ਲੈ ਬਾਣੀ ਸਤਿਗੁਰ ਦੀ ਅੰਮ੍ਰਿਤ 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 ਬਾਣੀ ਦੀ ਅੰਮ੍ਰਿਤ ਬਾਣੀ ਸਤਿਗੁਰ 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 ਦੀ ਅੰਮ੍ਰਿਤ ਬਾਣੀ ਸੁਣ ਲੈ ਵਡਭਾਗੀਆ ਜੀ ਸੁਣ ਲੈ ਵਡਭਾਗੀਆ ਸਤਿਗੁਰ ਦੀ ਅੰਮ੍ਰਿਤ ਬਾਣੀ ਸੁਣ ਲੈ ਵਡਭਾਗੀਆ ਸਤਿਗੁਰ ਦੀ ਅੰਮ੍ਰਿਤ ਬਾਣੀ ਸਤਿਗੁਰ ਦੀ ਅੰਮ੍ਰਿਤ ਬਾਣੀ ਸੁਣ ਲੈ ਵਡਭਾਗੀਆ ਸਤਿਗੁਰ ਦੀ ਅੰਮ੍ਰਿਤ ਬਾਣੀ ਸੁਣ ਲੈ ਵਡਭਾਗੀਆ ਸਤਿਗੁਰ ਦੀ ਅੰਮ੍ਰਿਤ ਬਾਣੀ ਸੁਣ ਲੈ ਵਡਭਾਗੀਆ ਸਤਿਗੁਰ ਦੀ ਅੰਮ੍ਰਿਤ ਬਾਣੀ ਰਸਨਾ ਪੁੱਤਰ ਕਰੋ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਨੇ ਮਿਹਰ ਕੀਤੀ ਹੈ ਮਹੀਨਾ ਵਾਰੀ ਜੋ ਗੁਰਮਤਿ ਸਮਾਗਮ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਹੁੰਦਾ ਮਹੀਨੇ ਦੇ ਪਹਿਲੇ ਸ਼ਨੀਵਾਰ ਪਿਛਲੇ ਵਾਰ ਆਪਾਂ ਸੋਚਿਆ ਸੀ ਕਿ ਜਿਹੜੇ ਤਿੰਨ ਮਹੀਨੇ ਦਿਨ ਦੇ ਦੀਵਾਨ ਲਾਉਂਦੇ ਹਾਂ ਉਹ ਆਪਾਂ ਐਤਵਾਰ ਦਾ ਕਰ ਲਈਏ ਤਾਂ ਜੋ ਕਈਆਂ ਨੂੰ ਛੁੱਟੀ ਹੁੰਦੀ ਹੈ ਬੱਚੇ ਵੀ ਘਰ ਹੁੰਦੇ ਹੈ ਸ਼ਨੀਵਾਰ ਦੀ ਬਜਾਏ ਐਤਵਾਰ ਦਾ ਪ੍ਰੋਗਰਾਮ ਰੱਖਿਆ ਸੀ ਸੋ ਦੂਰੋਂ ਨੇੜਿਓਂ ਚੱਲ ਕੇ ਆਪਾਂ ਸਾਰੇ ਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹਾਂ ਆਓ ਕੁਝ ਸਮਾਂ ਕੋਸ਼ਿਸ਼ ਕਰੀਏ ਗੁਰੂ ਜੀ ਦੇ ਬਚਨਾਂ ਦੀ ਸਾਨੂੰ ਸਮਝ ਪਵੇ ਜਿਹੜੇ ਕੋਈ ਸੱਜਣ ਬਾਹਰ ਜਦੋਂ ਮੈਂ ਆਇਆ ਮੈਂ ਵੇਖਿਆ ਫੁੱਟਪਾਥਾਂ ਦੇ ਉੱਤੇ ਬੜੇ ਸਿੰਘ ਬੈਠੇ ਸੀ ਕਈ ਧੁੱਪ ਸੇਕਦੇ ਸੀ ਪਾਰਕ ਦੇ ਵਿੱਚ ਕਈ ਲੰਮੇ ਵੀ ਪਏ ਸੀ ਤੇ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਬਾਹਰ ਮੇਰੀ ਆਵਾਜ਼ ਸੁਣਦੇ ਆ ਉਹ ਪੰਡਾਲ ਵਿੱਚ ਸੱਜਣ ਦੀਵਾਨ ਵਿੱਚ ਆ ਕੇ ਬੈਠੋ ਕਿਉਂਕਿ ਦੂਰੋਂ ਨੇੜਿਓਂ ਚੱਲ ਕੇ ਆਏ ਵੀ ਹੋ ਬੜੀ ਸਫ਼ਰ ਕਰਕੇ ਆਈ ਦਾ ਮਿਹਨਤ ਕਰੀ
ਕੋਸ਼ਿਸ਼ ਕਰੀਏ ਕੋਈ ਗੁਰੂ ਸਾਹਿਬ ਦਾ ਬਚਨ ਸਾਡੇ ਹਿਰਦੇ ਵਿੱਚ ਵਸ ਜਾਏ। ਸੋ ਅਨਘੜੇ ਪੱਥਰ ਦੀ ਕੋਈ ਕੀਮਤ ਨਹੀਂ ਹੁੰਦੀ, ਅਨਘੜਿਆ ਪੱਥਰ ਉਹਦੀ ਕੋਈ ਕੀਮਤ ਨਹੀਂ, ਜਦੋਂ ਘੜਿਆ ਜਾਂਦਾ ਫਿਰ ਉਹਦੀ ਕੀਮਤ ਪੈਂਦੀ। ਇੱਕ ਬੇਨਤੀ ਹੈ ਬੀਬੀਆਂ ਨੂੰ ਕਿ ਬੱਚਿਆਂ ਦੀ ਥੋੜ੍ਹੀ ਥੋੜ੍ਹੀ ਆਵਾਜ਼ ਆਉਂਦੀ ਹੈ, ਤਿੰਨ ਚਾਰ ਸੇਵਾਦਾਰ ਬੀਬੀਆਂ ਵਾਲੇ ਪਾਸੇ ਜੇ ਪਿਛਲੇ ਪਾਸੇ ਚਲੇ ਜਾਓ ਜਿੱਥੇ ਬੱਚੇ ਭੱਜੇ ਫਿਰਦੇ ਆ, ਥੋੜ੍ਹਾ ਜਿਹਾ ਉੱਥੇ ਕੰਟਰੋਲ ਕਰ ਲਈਏ। ਦੋ ਤਿੰਨ ਸੇਵਾਦਾਰ ਆਲੇ ਦੁਆਲੇ ਜਰਾ ਵੇਖੋ, ਜਿਹੜੇ ਬੱਚੇ ਭੱਜਦੇ ਨੱਠਦੇ ਆ ਨਾ ਉਹਨਾਂ ਨੂੰ ਕੰਟਰੋਲ ਕਰੋ, ਫਿਰ ਉਹਨਾਂ ਦੀ ਆਵਾਜ਼ ਸਟੇਜ 'ਤੇ ਆਉਂਦੀ। ਹਾਂਜੀ, ਜੋ ਅਨਘੜਿਆ ਪੱਥਰ ਹੁੰਦਾ ਹੈ, ਅਨਘੜਿਆ ਉਹਦੀ ਕੋਈ ਕੀਮਤ ਨਹੀਂ, ਜਦੋਂ ਘੜਿਆ ਜਾਂਦਾ ਹੈ ਫਿਰ ਕੈਸੇ ਕੈਸੇ ਸ਼ੋਅ ਪੀਸ ਬਣਦੇ ਆ, ਕਈ ਮੂਰਤੀਆਂ ਬਣ ਜਾਂਦੀਆਂ ਬੜੇ ਸੋਹਣੇ ਢੰਗ ਨਾਲ। ਜਦੋਂ ਪੱਥਰ ਘੜ ਦਈਏ ਉਹਦੀ ਫਿਰ ਕੀਮਤ ਪੈ ਜਾਂਦੀ। ਅਨਘੜਿਆ ਜਿਹੜਾ ਦਿਮਾਗ ਹੈ ਉਹ ਵੀ ਇੱਦਾਂ ਹੀ, ਜਿਹੜਾ ਸਾਡਾ ਬ੍ਰੇਨ ਹੈ ਜੇ ਅਨਘੜਿਆ ਤੇ ਇੱਦਾਂ ਜੇ ਦੇ ਬਸ ਇਹਦੀ ਕੋਈ ਕੀਮਤ ਥੋੜ੍ਹਾ, ਇਹਨੂੰ ਘੜਿਆ ਜਾਣਾ ਚਾਹੀਦਾ। ਤੇ ਜਿੰਨਾ ਇਹ ਜ਼ਿਆਦਾ ਘੜਿਆ ਜਾਂਦਾ ਓਨੀ ਇਹਦੀ ਕੀਮਤ ਫਿਰ ਵੱਧਦੀ ਜਾਂਦੀ। ਇੱਕ ਪੱਥਰ ਆਪਾਂ ਬੜੀ ਵਾਰੀ ਗੱਲ ਕਰਦੇ ਹੁੰਦੇ ਹਾਂ ਵੀ ਨਾਲੀ ਤੇ ਪਿਆ ਸੀ, ਲੰਘਣ ਵਾਲਾ ਹਰੇਕ ਹੀ ਕਹਿੰਦਾ ਵੀ ਪੱਥਰ ਤੇ ਪੈਰ ਰੱਖ ਕੇ ਲੰਘਦਾ ਸੀ, ਪਰ ਕਿਸੇ ਦੀ ਨਜ਼ਰੀ ਪੈ ਗਿਆ ਉਹਨੇ ਘੜ ਕੇ ਮੂਰਤੀ ਬਣਾ ਦਿੱਤੀ, ਉਸੇ ਨੂੰ ਮੱਥੇ ਟਿਕਣ ਲੱਗ ਪਿਆ। ਤੇ ਜਿਹੜੇ ਜਿਹਦੀ ਦੁਕਾਨ ਦੇ ਅੱਗੇ ਪਿਆ ਸੀ ਉਹ ਪੁੱਛਦਾ ਵੀ ਤੈਨੂੰ ਕਿਵੇਂ ਪਤਾ ਲੱਗਾ ਵੀ ਇਹਦੇ ਵਿੱਚ ਮੂਰਤੀ ਹੈ, ਮੈਨੂੰ ਤੇ ਦਿਸੀ ਨਹੀਂ, ਤੈਨੂੰ ਕਿਵੇਂ ਦਿਸਦੀ? ਇਹ ਕਿਸੇ ਕਿਸੇ ਨੂੰ ਦਿਸਦੀ ਹੁੰਦੀ ਹੈ, ਦਿਸਦੀ ਹੈ ਜੀ। ਕਈ ਇੱਦਾਂ ਦੇ ਪ੍ਰੋਫੈਸਰ ਹੁੰਦੇ ਨੇ ਉਹਨਾਂ ਨੂੰ ਦਿਸ ਜਾਂਦਾ ਹੁੰਦਾ ਵੀ ਆਹ ਆਹ ਆਫਿਸਰ ਹੈ, ਇਹਦੇ ਵਿੱਚ ਆਫਿਸਰ ਹੈ, ਇਹ ਕੋਈ ਵੱਡਾ ਬਣੇਗਾ ਜੀ, ਇਹਦਾ ਦਿਮਾਗ ਘੜਿਆ ਜਾਣਾ। ਕੁਛ ਬੰਦੇ ਪੱਥਰਾਂ ਦੇ ਵਿਚਲੀ ਮੂਰਤੀ ਨੂੰ ਵੇਖ ਸਕਦੇ ਹੈ, ਸਾਰੇ ਨਹੀਂ ਵੇਖ ਸਕਦੇ, ਕਿਉਂਕਿ ਹਰੇਕ ਪੱਥਰ ਘੜਿਆ ਨਹੀਂ ਜਾ ਸਕਦਾ ਹੁੰਦਾ, ਕੋਈ ਕੋਈ ਪੱਥਰ ਹੁੰਦਾ ਜਿਹੜਾ ਘੜਿਆ ਜਾਂਦਾ। ਇਸੇ ਤਰ੍ਹਾਂ ਕੁਛ ਦਿਮਾਗ ਇੱਦਾਂ ਦੇ ਨੇ ਜਿਹੜੇ ਬੜੇ ਵਧੀਆ ਘੜੇ ਜਾ ਸਕਦੇ, ਤੇ ਜਿਵੇਂ ਹਰੇਕ ਨੂੰ ਦਿਸਦਾ ਨਹੀਂ ਏਦਾਂ ਹੀ ਹਰੇਕ ਨੂੰ ਨਹੀਂ ਤੁਸੀਂ ਘੜ ਵੀ ਨਹੀਂ ਸਕਦੇ, ਤੇ ਹਰੇਕ ਬੰਦਾ ਸਮਝ ਵੀ ਨਹੀਂ ਸਕਦਾ ਵੀ ਆਹ ਬੰਦਾ ਯਾਰ ਘੜਿਆ ਜਾ ਸਕਦਾ। ਬਹੁਤੇ ਫਿਰ ਮੱਥੇ ਟੇਕਣ ਵਾਲੇ ਹੁੰਦੇ ਨੇ, ਮੂਰਤੀ ਕੋਈ ਬਣਾਉਂਦਾ, ਬਹੁਤੇ ਵਾਹ ਵਾਹ ਕਰਨ ਵਾਲੇ ਤੇ ਬਹੁਤ ਆ ਜਾਣਗੇ ਵੀ ਕਿਆ ਬਾਤ ਹੈ ਕਿਆ ਬਾਤ ਹੈ, ਪਰ ਬਣਾਉਣੀ ਹਰੇਕ ਨੂੰ ਨਹੀਂ ਆਉਂਦੀ ਹੁੰਦੀ, ਬਹੁਤੇ ਤੇ ਵਾਹ ਵਾਹ ਕਰਨ ਵਾਲੇ ਹੀ ਹੁੰਦੇ। ਇਸ ਕਰਕੇ ਸਤਿਗੁਰੂ ਇਹ ਸਾਡੇ ਤੇ ਮਿਹਰ ਕਰਨ ਵੀ ਸਾਡੀ ਨਾ ਸੁਰਤ ਘੜੀ ਜਾਏ, ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ। ਗੁਰਬਾਣੀ ਦੀ ਜਦੋਂ ਅਸੀਂ ਐਜੂਕੇਸ਼ਨ ਗੁਰੂ ਸਾਹਿਬ ਤੋਂ ਅਸੀਂ ਜਦੋਂ ਸਮਝ ਲੈਂਦੇ ਹਾਂ, ਅਕਲ ਲੈਂਦੇ ਹਾਂ, ਫਿਰ ਸਾਡੀ ਮੱਤ ਹੈ ਜਿਹੜੀ ਘੜੀ ਜਾਂਦੀ ਹੈ। ਜਿਵੇਂ ਜਿਵੇਂ ਸੁਣ ਰਹੇ ਹਾਂ ਮਨ ਦੀ ਜਿਹੜੀ ਮੈਲ ਹੈ ਉਹ ਲਹਿ ਰਹੇ, ਜੋ ਸੁਣਦੇ ਹਾਂ ਕਿਤੇ ਚੰਗੀ ਤਰ੍ਹਾਂ ਦਿਮਾਗ ਵਿੱਚ ਬੈਠ ਜਾਣ ਨੁਕਤੇ, ਹਰ ਗੱਲ ਅਸੀਂ ਆਪਣੇ ਅੰਦਰ ਵਸਾ ਲਈਏ ਤੇ ਜ਼ਿੰਦਗੀ ਬਣ ਗਈ। ਜੋ ਗੁਰੂ ਘਰ ਵਿੱਚੋਂ ਮਿਲਦਾ ਹੈ, ਜੋ ਗਿਆਨ ਜੋ ਸਿੱਖਿਆ ਇਹ ਆਪਣੇ ਨਾਲ ਲੈ ਕੇ ਜਾਈਏ, ਸੁਰਤ ਵਿੱਚ ਵਸਾਈਏ ਤੇ ਕਿਆ ਚੀਜ਼ ਬਣ ਸਕਦੇ ਹਾਂ। ਜਿਵੇਂ ਆਪਾਂ ਬਹੁਤ ਵਾਰ ਪੜ੍ਹਦੇ ਹਾਂ ਨਾ ਵੀ ਹਰ ਜੀਓ ਨਿਮਾਣਿਆ ਤੂੰ ਮਾਂ, ਤੂੰ ਮਾਣ ਦੇਣ ਵਾਲਾ ਹੈ ਮੇਰਿਆ ਮਾਲਕਾ, ਨਿਕੰਮਿਆਂ ਨੂੰ ਨਾ ਚੀਜ਼ ਦਾ ਅਰਥ ਹੁੰਦਾ ਨਿਕੰਮਾ, ਨਿਕੰਮਿਆਂ ਜਿਹਾਂ ਨੂੰ ਕਿੰਨੇ ਸੋਹਣੇ ਬਣਾ ਦਿੰਦਾ, ਘੜ ਦਿੰਦਾ ਨਾ। ਜਦੋਂ ਐਂ ਲੱਗਦਾ ਹੀ ਨਹੀਂ ਸੀ ਵੀ ਆਹ ਬੰਦਾ ਵੀ ਕਿਸੇ ਕੰਮ ਦਾ ਹੈ, ਐਂ ਲੱਗਦਾ ਸੀ ਵੀ ਸਿਰੇ ਦਾ ਨਿਕੰਮਾ ਬੰਦਾ ਯਾਰ, ਇਹ ਵੀ ਕਿਸੇ ਕੰਮ ਆ ਸਕਦਾ, ਪਰ ਕਮਾਲ ਪੜਿਓ ਜਰਾ। ਹਰ ਜੀਓ ਨਿਮਾਣਿਆ ਤੂੰ ਮਾਂ, ਨੇ ਚੀਜ਼ਾਂ ਚੀਜ਼ ਕਰੇ ਮੇਰਾ ਗੋਬਿੰਦ,
तेरी कुदरत को कुर्बान नकम्या नु बड़े कमाल दे बना देंदे सच्चे पातशाह ना चीज सी जेडे जदो सज्जन ठग कोल गए आपां परसों सुल्तानपुर लोधी दीवान विच मैं गल करदा सी सुल्तानपुर लोधी जदों जिन्हां ने लाइव सुनिया होएगा प्रोग्राम ਉਹਦੇ ਵਿੱਚ ਵੀ ਗੱਲ ਚੱਲਦੀ ਸੀ ਵੀ ਗੁਰੂ ਸਾਹਿਬ ਸੱਜਣ ਜਦੋਂ ਆਇਆ ਨਾ ਤੇ ਸੱਜਣ ਵੱਲ ਵੇਖ ਕੇ ਨਹੀਂ ਕਹਿੰਦੇ ਵੀ ਸੱਜਣਾ ਤੂੰ ਸੱਜਣ ਐਦਾਂ ਨਹੀਂ ਆਪਣੇ ਆਪ ਨੂੰ ਕਹਿੰਦੇ ਆ ਜਿਵੇਂ ਹੁਣ ਮੈਂ ਆਪਣੇ ਆਪ ਨੂੰ ਕਹਾਂ ਵੀ ਜਿੱਦਾਂ ਐਦਾਂ ਗੱਲ ਕਰੀਏ ਆਪਾਂ ਕੋਈ ਖੜ ਜੇ ਕੋਲ ਆ ਕੇ ਤੇ ਮੈਂ ਕਹਾਂ ਵੀ ਮਨਾ ਤੂੰ ਚੋਲਾ ਜਿਹਾ ਪਾਈ ਫਿਰਦਾ ਤੂੰ ਬੜੇ ਖੰਡੇ ਖੁੰਡੇ ਲਾ ਕੇ ਵਿਖਾਉਣਾ ਹੈ ਏਦਾਂ ਮੈਂ ਆਪਣੇ ਆਪ ਨੂੰ ਜਿਵੇਂ ਕਹਾਂ ਵੀ ਬਾਲਾ ਹੀ ਤੂੰ ਗੁਰਮੁਖ ਬਣ ਬਣ ਬਹਿੰਦਾ ਹੈ ਅੱਖਾਂ ਬੰਦ ਕਰ ਕਰਕੇ ਵਿਖਾਉਣਾ ਹੈ ਏਦਾਂ ਹਮੇਸ਼ਾ ਗੁਰੂ ਜੀ ਏਦਾਂ ਕਹਿੰਦੇ ਸੀ ਦੂਜਾ ਤੇ ਆਪੇ ਹੀ ਸਮਝ ਜਾਂਦਾ ਸੀ ਆਖੋ ਸਤਨਾਮ ਏਦਾਂ ਕਹਿੰਦੇ ਸੀ ਜਦੋਂ ਕਹਿੰਦੇ ਨਾ ਨਾਨਕ ਮਤਲਬ ਮੈਂ ਕਿਸੇ ਦੀ ਗੱਲ ਨੀ ਆਪਣੇ ਆਪ ਨੂੰ ਵੀ ਬਾਲਾ ਗਿਆਨੀ ਬਣਦਾ ਹੈ ਜਦੋਂ ਐ ਕਹਿੰਦੇ ਗਣ ਗਣ ਜੋਤ ਕਾਂਢੀ ਕੀਨੀ ਪੜ੍ਹੈ ਸੁਣਾਵੈ ਤਤ ਨਾ ਚੀਨੀ ਕਿਉਂਕਿ ਝੂਠ ਨਾ ਬੋਲ ਪਾਂਡੇ ਵੀ ਜਿਹੜਾ ਮੇਰਾ ਮਨ ਆਪ ਹੀ ਆਪਣੀਆਂ ਜਨਮ ਪੱਤਰੀਆਂ ਜਿਹੀਆਂ ਬਣਾਉਂਦਾ ਰਹਿੰਦਾ ਵੀ ਫਿਰ ਐਂ ਕਰਾਂਗੇ ਫਿਰ ਐਂ ਕਰਾਂਗੇ ਫਿਰ ਐਂ ਕਰਾਂਗੇ ਵੀ ਮਨਾ ਤੂੰ ਕੀ ਬਣਿਆ ਫਿਰਦਾ ਤੂੰ ਆਪੇ ਘਾਟਾਂ ਜਿਹੀਆਂ ਘਟਦਾ ਰਹਿੰਦਾ ਸਮਝਣ ਵਾਲਾ ਫਿਰ ਸਮਝ ਜਾਂਦਾ ਜਦੋਂ ਏਦਾਂ ਤੀਰ ਵੱਜਦੇ ਆ ਜਿਵੇਂ ਆਹ ਸ਼ਬਦ ਆਪਾਂ ਪੜ੍ਹਦੇ ਹਾਂ ਨਾ ਵੇਖਿਓ ਜਰਾ ਸ਼ੁਰੂ ਤੋਂ ਇੱਕ ਵਾਰ ਪੜ੍ਹ ਕੇ ਵੇਖਿਓ ਉੱਜਲ ਕਹਿਣਾ ਚਿਲਕਣਾ ਘੋਟਮ ਕਾਲੜੀ ਮਸ ਬਈ ਜਿਵੇਂ ਮਹਾਰਾਜ ਕਹਿੰਦੇ ਕਹਿਣ ਦਾ ਭਾਂਡਾ ਕਿਵੇਂ ਲਿਸ਼ਕਦਾ ਹੁੰਦਾ ਪਿੱਤਲ ਦਾ ਜਿਹੜਾ ਬਰਤਨ ਹੁੰਦਾ ਕਿਵੇਂ ਲਿਸ਼ਕਦਾ ਹੁੰਦਾ ਪਰ ਕਹਿੰਦੇ ਲਿਸ਼ਕਦਾ ਬਾਹਰੋਂ ਹੀ ਹੈ ਲਿਸ਼ਕਦਾ ਸੋਨਾ ਵੀ ਹੈ ਚਮਕ ਸੋਨੇ ਵਿੱਚ ਵੀ ਹੁੰਦੀ ਹੈ ਤੇ ਚਮਕ ਪਿੱਤਲ ਦੇ ਭਾਂਡੇ ਵਿੱਚ ਵੀ ਹੁੰਦੀ ਹੈ ਪਰ ਜੇ ਕਿਤੇ ਰਗੜਨ ਬਹਿ ਜਾਈਏ ਉਹਦੇ ਵਿੱਚੋਂ ਤੇ ਕਾਲਖ ਹੀ ਨਿਕਲਦੀ ਹੈ ਕਹਿਣ ਦੇ ਭਾਂਡੇ ਨੂੰ ਪਿੱਤਲ ਦੇ ਭਾਂਡੇ ਨੂੰ ਜਿੰਨਾ ਮਰਜ਼ੀ ਰਗੜੀ ਜਾਓ ਉਹਦੀ ਕਾਲਖ ਉਹਦੇ ਚੋਂ ਆਈ ਹੀ ਜਾਂਦੀ ਹੈ ਖਤਮ ਨਹੀਂ ਹੁੰਦੀ ਫਰਕ ਬੜਾ ਕਹਿੰਦੇ ਕਈ ਕਹਿਣ ਦੇ ਭਾਂਡੇ ਵਾਂਗੂ ਉੱਤੋਂ ਚਮਕਦੇ ਹੁੰਦੇ ਆ ਵਿੱਚ ਕਾਲਖ ਹੁੰਦੀ ਹੈ ਅਸਲੀ ਚਮਕ ਨਹੀਂ ਨਕਲੀ ਹੁੰਦੀ ਹੈ ਕਹਿੰਦੇ ਅਸਲੀ ਚਮਕ ਨਹੀਂ ਹੁੰਦੀ ਨਕਲੀ ਹੁੰਦੀ ਹੈ ਪੜੋ ਜਰਾ ਉਜਲ ਕਹਿਣਾ ਚਿਲਕਣਾ ਘੋਟਮ ਕਾਲੜੀ ਮਸ ਧੋਤਿਆਂ ਝੂਠ ਨਾ ਉਤਰੇ ਜੇ ਸੌ ਧੋਵਾਂ ਤਿਸ ਸੱਜਣਾ ਸੇ ਨਾਲ ਚਲਦਿਆਂ ਨਾਲ ਚਲਨ ਜਿੱਥੇ ਲਿਖਾ ਮੰਗੀਏ ਤਿੱਥੇ ਖੜੇ ਦਿਸਣ ਸੱਜਣ ਦੇ ਨਾਮ ਦੀ ਗੱਲ ਨਹੀਂ ਸੱਜਣ ਦੀ ਗੱਲ ਕੱਲਾ ਵੀ ਉਹਦਾ ਨਾਮ ਸੱਜਣ ਸੀ ਆਪਾਂ ਸਾਰੇ ਯਾਰ ਨਾਮ ਜਿਹੜਾ ਮਰਜ਼ੀ ਹੋਵੇ ਸਾਡਾ ਆਪਾਂ ਸਾਰੇ ਸੱਜਣ ਬਣ ਬਣ ਕੇ ਨਹੀਂ ਬਹਿੰਦੇ ਵੀ ਅਗਲਾ ਮੈਨੂੰ ਗੁਰਮੁਖ ਜਿਹਾ ਲੱਗਾ ਮੈਂ ਸੱਜਣ ਸੱਜਣ ਲੱਗਾ ਵੇਖਣ ਵਾਲੇ ਨੂੰ ਐਂ ਜੇ ਲੱਗੇ ਵੀ ਕਿੰਨਾ ਵਧੀਆ ਹਰੇਕ ਬੰਦਾ ਭਲਾ ਇੱਦਾਂ ਨਹੀਂ ਬਣ ਬਣ ਬਹਿੰਦਾ ਆਪਾਂ ਸਾਰੇ ਹੀ ਇੱਦਾਂ ਬਣ ਬਣ ਬਹਿੰਦੇ ਦਿਖਾਵਾ ਸੱਜਣਾਂ ਦਾ ਕਰਦੇ ਆ ਅੰਦਰ ਫਿਰ ਕੀ ਹੁੰਦਾ ਕਿਸੇ ਰਿਸ਼ਤੇਦਾਰੀ 'ਚ ਚਲੇ ਜਾਈਏ ਜਿੱਥੇ ਮਰਜ਼ੀ ਜਾਈਏ ਬਣਦੇ ਤੇ ਸੱਜਣ ਹੀ ਆ ਚੰਗੇ ਸੱਜਣ ਮਤਲਬ ਚੰਗੇ ਚੰਗੇ ਲੱਗੀਏ ਤੇ ਚੰਗੇ ਲੱਗਣ ਵਾਸਤੇ ਬਹੁਤੀ ਦੁਨੀਆ ਕਈ ਤਰ੍ਹਾਂ ਦੇ ਭੇਗ ਕਰਦੀ ਹੈ ਪਰ ਚੰਗੇ ਹੁੰਦੇ ਨਹੀਂ ਗੁਰੂ ਜੀ ਕਹਿੰਦੇ ਨੇ ਸੱਚ ਜ਼ਿੰਦਗੀ ਜਾਉਣ ਦਾ ਮਤਲਬ ਹੀ ਹੈ ਜਿੱਦਾਂ ਦਾ ਹੈ ਉਦਾਂ ਦਾ ਲੱਗ ਤੇ ਜਾਂ ਫਿਰ ਜਿੱਦਾਂ ਦਾ ਲੱਗਦਾ ਹੈ ਉਦਾਂ ਦਾ ਬਣ ਜਾਂ ਤੇ ਜਿੱਦਾਂ ਦਾ ਲੱਗਦਾ ਹੈ ਉਦਾਂ ਦਾ ਬਣ ਤੇ ਜਾਂ ਫਿਰ ਜਿੱਦਾਂ ਦਾ ਹੈ ਉਦਾਂ ਦਾ ਦਿਸ ਪਖੰਡੀ ਜਿਹਾ ਨਾ ਬਣ ਇੱਥੇ ਜਿਹੜਾ ਇਹ ਸ਼ਬਦ ਹੈ ਇਹਦੇ ਵਿੱਚ ਗੱਲ ਸਾਰੀ ਦੀ ਸਾਰੀ ਭੇਖ ਦੀ ਕੀਤੀ ਹੈ ਵੀ ਉੱਤੋਂ ਕੁਝ ਹੋਰ ਹੈ ਵਿੱਚੋਂ ਕੁਝ ਹੋਰ ਹੈ ਸਾਡਾ ਤੇ ਸੁਭਾਅ ਪਿਆਰਿਓ
ਇੱਕ ਦਿਨ ਅੰਮ੍ਰਿਤ ਛੱਕ ਕੇ ਆਏ ਨੂੰ ਹੋਇਆ ਹੁੰਦਾ ਬੰਦੇ ਦੀ ਫਤਿਹ ਬੁਲਾਉਣ ਦੀ ਟਿਊਨ ਹੀ ਬਦਲ ਜਾਂਦੀ ਹੈ ਇੱਕ ਦਿਨ ਕਹਿੰਦੇ ਮੁਹੰਮਦ ਸਾਹਿਬ ਇੱਕ ਵਾਰ ਕਿਸੇ ਬੰਦੇ ਨੂੰ ਮਸੀਤ 'ਚ ਲੈ ਗਏ ਵੀ ਅੱਜ ਚੱਲੀ ਹੁਣ ਸੁਣੀ ਗੱਲ ਹੈ ਕਿ ਕਹਿੰਦੇ ਜਦੋਂ ਉਹਨੂੰ ਕਹਿੰਦੇ ਵੀ ਉੱਠਿਆ ਨਾ ਕਰੇ ਉਹ ਬੰਦਾ ਉੱਠਿਆ ਨਾ ਕਰੇ ਉਹਨੂੰ ਠਾ ਕੇ ਲੈ ਗਏ ਕਹਿੰਦੇ ਆ ਜਾ ਚੱਲੀਏ ਜਿਵੇਂ ਸਾਡੇ 'ਚ ਹੁੰਦਾ ਹੀ ਹੈ ਕਈ ਵਾਰੀ ਧਿਆਨ ਨਾਲ ਸਮਝਿਓ ਨਕਲੀ ਧਰਮੀ ਬੰਦੇ ਸਗੋਂ ਜ਼ਿਆਦਾ ਖਤਰਨਾਕ ਨੇ ਹੋਵੇ ਤੇ ਅਸਲੀ ਹੋਵੇ ਨਹੀਂ ਤੇ ਨਕਲੀ ਤੇ ਬਹੁਤ ਖਤਰਨਾਕ ਨੇ ਉਹ ਕਹਿੰਦਾ ਲੈ ਗਏ ਜਦੋਂ ਮਸੀਤ ਚੋਂ ਮੁੜ ਕੇ ਆਏ ਤੇ ਕਈ ਲੋਕੀ ਸੁੱਤੇ ਹੀ ਪਏ ਸੀ ਹਜੇ ਦਿਨ ਚੜ੍ਹ ਰਿਹਾ ਕਈ ਅਜੇ ਸੁੱਤੇ ਜੇ ਪਏ ਹੈ ਤੇ ਜਿਹੜਾ ਗਿਆ ਹੈ ਨਾ ਮੁੜ ਕੇ ਆਇਆ ਮਸੀਤ ਚ ਨਾਲ ਧੱਕੇ ਨਾਲ ਲੈ ਕੇ ਗਏ ਸੀ ਤੇ ਆਉਂਦਿਆਂ ਪਤਾ ਕੀ ਕਹਿੰਦਾ ਕਹਿੰਦਾ ਕਿੰਨੇ ਪਾਪੀ ਲੋਕ ਨੇ ਸਾਰੇ ਸੁੱਤੇ ਹੀ ਪਏ ਨੇ ਪਹਿਲੇ ਦਿਨ ਗਿਆ ਕੈਸੇ ਲੋਕ ਨੇ ਸਾਰੇ ਹੀ ਸੁੱਤੇ ਪਏ ਇਹਨਾਂ ਨੂੰ ਹੈ ਹੀ ਨਹੀਂ ਕੋਈ ਧਰਮ ਨਾਲ ਹੈ ਹੀ ਨਹੀਂ ਕੋਈ ਰੱਬ ਨੂੰ ਯਾਦ ਕਰ ਪਹਿਲੇ ਦਿਨ ਹੀ ਸਾਡੇ ਚ ਇਦਾਂ ਹੀ ਹੁੰਦਾ ਹੈ ਆ ਜਾ ਧੱਕੇ ਧੁੱਕੇ ਨਾਲ ਲੈ ਆਏ ਅੰਮ੍ਰਿਤ ਛਕਾ ਦਿੱਤਾ ਸਾਜਾ ਸਿੰਘ ਸੱਜ ਜਾ ਉਹ ਜਦੋਂ ਕਿਰਪਾਨ ਪਾ ਲਈ ਫਿਰ ਉਹਨੂੰ ਬਾਕੀ ਦੇ ਸਾਰੇ ਪਾਪੀ ਦਿਸਣ ਲੱਗਦੇ ਨੇ ਐਵੇਂ ਹੀ ਦੁਨੀਆਂ ਪਾਪਾਂ ਚ ਤੁਰੀ ਫਿਰਦੀ ਹੈ ਸਭ ਦੁਨੀਆਂ ਪਾਪੀ ਇੱਥੇ ਤੁਰੇ ਏਦਾਂ ਉਹ ਕਹਿੰਦਾ ਵੀ ਮੁਹੰਮਦ ਕਹਿੰਦੇ ਉਹਨਾਂ ਨੇ ਕਿਹਾ ਵੀ ਮੈਂ ਤੇ ਗਲਤੀ ਕਰ ਲਈ ਬੜੀ ਵੱਡੀ ਇਹਨੂੰ ਕਿੱਥੇ ਲੈ ਆਇਆ ਮੈਂ ਮੇਰਿਆ ਖੁਦਾ ਮਾਫ ਕਰਦੀ ਮੈਨੂੰ ਇਹ ਤੇ ਜੱਪ ਛੇੜ ਲਿਆ ਇਹ ਤੇ ਜਿਹੋ ਜਿਹਾ ਸੀ ਪਹਿਲਾਂ ਉਹੋ ਜਿਹਾ ਦਿਸਦਾ ਸੀ ਉਹੋ ਜਿਹਾ ਹੀ ਸੀ ਹੁਣ ਮੈਂ ਆਹ ਕੀ ਕਰਤਾ ਇਹਨੂੰ ਇਹ ਤੇ ਭੇਖੀ ਬਣ ਗਿਆ ਇਹਨੇ ਸਾਰਾ ਦਿਨ ਟਿਕਣ ਥੋੜਾ ਦੇਣਾ ਕਿਸੇ ਨੂੰ ਚੰਗਾ ਭਲਾ ਸੀ ਆਹ ਤਾਂ ਸਗੋਂ ਮੈਂ ਗਲਤ ਕਰਤਾ ਕੰਮ ਇਹਦੇ ਨਾਲ ਇਹ ਤੇ ਮੈਂ ਗਲਤ ਕਰ ਦਿੱਤਾ ਇਹਦੇ ਨਾਲ ਆਹ ਕਰਕੇ ਵੀ ਆ ਜਾ ਧੱਕੇ ਨਾਲ ਮੈਂ ਲੈ ਆਇਆ ਧੱਕੇ ਨਾਲ ਮੈਂ ਮਸੀਤ ਚ ਲੈ ਗਿਆ ਮੇਰੇ ਕਹੇ ਤੇ ਲੱਗ ਗਿਆ ਹੁਣ ਅੱਜ ਹੀ ਇਹਨੂੰ ਬਾਕੀ ਸਾਰੇ ਭੈੜੇ ਲੱਗਣ ਲੱਗ ਪਏ ਹੁਣ ਕੱਲ ਨੂੰ ਇਹਨੇ ਫੇਰ ਵੀ ਹਾਂ ਹੋਰ ਭੈੜੇ ਲੱਗਣਗੇ ਕੱਲ ਨੂੰ ਫੇਰ ਆਏਗਾ ਸਗੋਂ ਹੋਣਾ ਕੀ ਸੀ ਅੰਦਰ ਇਹਦਾ ਕੁਛ ਵੀ ਨਹੀਂ ਬਦਲਿਆ ਆਹ ਤੇ ਸਗੋਂ ਮੈਂ ਕੰਮ ਗਲਤ ਹੀ ਕਰਤਾ ਆਖੋ ਸਤਨਾਮ ਸ੍ਰੀ ਵਾਹ ਸੱਚੀ ਸੱਚੀ ਸਾਡੇ ਕਈਆਂ ਨਾਲ ਗਲਤ ਕੰਮ ਹੀ ਹੋ ਗਿਆ ਆਹੀ ਧਰਮੀ ਬਣੇ ਹੈ ਨੀ ਸਗੋਂ ਦੁਨੀਆਂ ਭੈੜੀ ਭੈੜੀ ਲੱਗਣ ਲੱਗ ਗਈ ਵੀ ਭੁਲੇਖਾ ਪੈ ਗਿਆ ਵੀ ਮੈਂ ਧਰਮੀ ਹਾਂ ਸਾਡੇ ਚ ਬਹੁਤੇ ਲੋਕਾਂ ਨਾਲ ਇਹੀ ਹੋਇਆ ਐ ਲੱਗੀ ਜਾਂਦਾ ਵੀ ਮੈਂ ਧਰਮ ਤੇ ਜੇ ਧਰਮ ਹੰਕਾਰ ਵਧਾਵੇ ਫਿਰ ਧਰਮ ਵੀ ਜ਼ਹਿਰ ਬਣ ਜਾਂਦਾ ਆਖੋ ਸਤਨਾਮ ਸ੍ਰੀ ਵਾਹ ਫਿਰ ਤੇ ਇਹਨੂੰ ਨਾ ਪਰੇ ਰੱਖੋ ਉਹਨੂੰ ਪਿਆਈ ਰਹਿਣ ਦਿਓ ਜ਼ਰੂਰੀ ਨਹੀਂ ਕਿ ਧਾਰਮਿਕ ਦਿਸਦੇ ਬੰਦੇ ਦੇ ਕੋਲ ਧਰਮ ਹੋਵੇ ਜ਼ਰੂਰੀ ਥੋੜਾ ਧਰਮ ਵਾਲਾ ਅੰਦਰ ਤੇ ਅਗਲਾ ਲੁੱਟਦਾ ਕਹਿੰਦਾ ਦੇ 100 ਰੁਪਈਆ ਦੇ 50 ਰੁਪਈਏ ਦੇ 5000 ਰੁਪਈਆ ਕਰਾ ਫੀਸ ਜਮਾਂ ਦੇ 11000 ਰੁਪਈਆ ਕਰਾ ਫੀਸ ਜਮਾਂ ਇੱਕ ਵਾਰ ਰੇੜੀ ਲਾ ਕੇ ਖੜਾ ਹੈ ਲੈ ਇੱਕ ਗੁਰਦੁਆਰੇ ਦੇ ਵਿੱਚ ਇੱਥੇ ਹੈ ਇੱਕ ਵਾਰ ਹੈ ਰੇੜੀ ਲਾ ਕੇ ਖੜਾ ਹੈ ਉਹ ਕਹਿੰਦਾ 150 ਦੀ ਮੂੰਗਫਲੀ ਲਿਆਂਦੀ ਸੀ 250 ਦੀ ਵੇਚ ਲਈ ਆਹ ਦੋ ਭੁੱਖ ਰਹਿ ਗਏ ਭਾਈ ਜੇ ਭੁੱਖ ਲੱਗੀ ਹੈ ਤੇ ਲੈ ਲੈ ਜਾ ਕਹਿੰਦਾ ਮੈਂ ਤੇ ਬਸ 100 ਦਾ ਟਾਰਗੇਟ ਰੱਖਿਆ ਸੀ 100 ਰੁਪਈਆ ਕਮਾ ਲਿਆ ਆਹ ਤੂੰ ਲੈ ਜਾ ਲੈ ਖਾ ਲੈ ਤੂੰ ਉਹ ਬਾਹਰ ਧਰਮ ਹੈ ਕਈ ਵਾਰੀ ਗੁਰਦੁਆਰੇ 'ਚ ਧਰਮ ਨਹੀਂ ਜਿਹੜਾ ਇਹ ਦਿਸਣਾ ਹੈ ਨਾ ਇਹ ਬੜਾ ਖਤਰਨਾਕ ਹੈ ਬੰਦਾ ਅੰਦਰੋਂ ਜਿੰਨਾ ਚਿਰ ਬਦਲਦਾ ਨਹੀਂ ਉਹਨਾਂ ਚਿਰ ਤੇ ਗੱਲ ਬਣਦੀ ਹੋਈ ਨਹੀਂ ਅੰਦਰੋਂ ਬਦਲਣ ਉੱਤੇ ਤੇ ਬੜਾ ਸਮਾਂ ਲੱਗ ਜਾਂਦਾ ਹੈ ਬੜੀ ਘਾਲਣਾ ਘਾਲਣੀ ਪੈਣੀ ਹੈ ਤੈਨੂੰ ਤੇਰੇ ਨਾਲ ਫੁੱਲ ਲੜਨਾ ਪੈਣਾ ਦਿਨ ਰਾਤ ਆਤਮ ਜਿਣਾ ਜਿੱਤ ਕੇ ਵਿਖਾਉਣਾ ਪੈਣਾ ਜਾ ਕੋ ਹਰ ਰੰਗ ਲਾਗੂ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣਾ ਆਪਣੇ ਆਪ ਨੂੰ ਜਿੱਤ ਕੇ ਵਿਖਾ ਸਗਲ ਬਸ ਤਾਂ ਕਹਿ ਜਾ ਕਾ ਸਤਿਗੁਰ ਪੂਰਾ ਪੂਰਾ ਆਪਣੇ ਆਪ ਨਾਲ ਲੜਾਈ ਕਰਨੀ ਪੈਣੀ ਹੈ ਬਾਹਰੋਂ ਤੇ ਬੜੇ ਮੈਂ ਪਰਸੋਂ ਚੌਥੇ ਵੀ ਗੱਲ ਕੀਤੀ ਸੀ ਵੀ ਅੱਜ ਅੰਮ੍ਰਿਤਧਾਰੀ ਵੀਰੋ ਜਿੰਨੇ ਆਪਾਂ ਬੈਠੇ ਆ ਆ ਕਿੰਨੇ ਸਿੰਘ ਨੇ ਸਾਰੇ ਦਾੜੀਆਂ ਕੇਸਾਂ ਲਈ ਬਹੁਤੇ ਤੇ ਅੱਜ ਕਿਸੇ ਬੰਦੇ ਨਾਲ ਗੱਲ ਕਰੀਏ ਦਾੜੀ ਨਾ ਹੋਵੇ ਕੇਸ ਨਾ ਹੋਵੇ ਪੱਗ ਨਾ ਹੋਵੇ ਸਿਰ ਤੇ ਉਹਦੇ ਨਾਲ ਆਪਾਂ ਗੱਲ ਕਰੀਏ ਤੇ ਦਸਤਾਰ ਵਾਲੇ ਦਾ ਕੀ ਪਤਾ ਉਹ ਤੇ ਇੱਕ ਮਿੰਟ 'ਚ ਹੀ ਮੰਨ ਜੇ ਬੰਨਦਾ ਤੇ ਹੈ ਨਹੀਂ ਇੱਕ ਮਿੰਟ 'ਚ ਹੀ ਮੰਨ ਜੇ ਲਓ ਬਈ ਅੱਜ ਤੋਂ ਬਾਅਦ ਮੈਂ ਸ਼ੁਰੂ ਕਰਨੀ
ਲਓ ਲਓ ਬੰਨ ਦਿਓ ਸਿਰ ਤੇ ਪੱਗ ਆ ਚੱਕੋ ਇਥੋਂ ਸਰੋਪਾ ਚੱਕੋ ਉਹਦੇ ਸਿਰ ਤੇ ਬੰਨ ਦਿਓ ਪੱਗ ਬੱਜ ਗਈ ਇਹਦੇ ਤੇ ਕਿੰਨਾ ਟਾਈਮ ਲੱਗਣਾ 2 ਮਿੰਟ ਦਸਤਾਰ ਉੱਤੇ ਤੇ 2 ਮਿੰਟ ਲੱਗਣੇ ਨੇ ਅੱਜ ਤੋਂ ਕਹਿਤਾ ਦਾੜੀ ਰੱਖ ਲਈ ਤੇ ਰੱਖੀ ਗਈ ਪਰ ਪੰਗਾ ਉਦੋਂ ਪੈਣਾ ਜਦੋਂ ਕਿਰਦਾਰ ਬਣਾਉਣਾ ਪਿਆ ਫੋ ਸਤਨਾਮ ਸ੍ਰੀ ਵਾਹਿ ਪੰਗਾ ਉਦੋਂ ਪੈਣਾ ਤੇ ਕਿਰਦਾਰ ਬਣਦਿਆਂ ਬੜਾ ਟਾਈਮ ਲੱਗ ਜਾਂਦਾ ਪਿਆਰਿਓ ਦਸਤਾਰ ਉੱਤੇ ਤੇ 1 ਮਿੰਟ ਲੱਗਦਾ ਹੈ ਕਿਰਦਾਰ ਤੇ ਬਹੁਤ ਸਮਾਂ ਲੱਗ ਜਾਂਦਾ ਹੈ ਕਿਰਦਾਰ ਘੜਿਆ ਨਹੀਂ ਜਾਂਦਾ ਬਹੁਤ ਟਾਈਮ ਲੱਗ ਜਾਂਦਾ ਭਾਈ ਗੁਰੂ ਘਰਾਂ ਵਿੱਚ ਜੰਮ ਕੇ ਵੀ ਪਿਰਥੀ ਚੰਦ ਵਰਗਿਆਂ ਦੇ ਕਿਰਦਾਰ ਬਣੇ ਹੀ ਨਹੀਂ ਗੁਰੂ ਦੇ ਗੁਰੂ ਦਾ ਪੁੱਤਰ ਹੋ ਕੇ ਵੀ ਕਿਰਦਾਰ ਨਹੀਂ ਬਣ ਸਕਿਆ ਸਾਡੇ ਵੱਡੇ ਵੱਡੇ ਲੀਡਰ ਜਿਹੜੇ ਕੌਮ ਨੂੰ ਲੁੱਟ ਕੇ ਖਾ ਗਏ ਨਾ ਦਾੜੀਆਂ ਕੇਸਾਂ ਦਸਤਾਰ ਸਾਰੀ ਜ਼ਿੰਦਗੀ ਨਹੀਂ ਲਾਈ ਪਰ ਕਿਰਦਾਰ ਸਾਰੀ ਜ਼ਿੰਦਗੀ ਬਣੇ ਹੋਏ ਦਸਤਾਰ ਲਾਈ ਨਹੀਂ ਕਿਰਦਾਰ ਬਣਿਆ ਇਹ ਦਸਤਾਰ ਦੀ ਗੱਲ ਨਹੀਂ ਗੱਲ ਨਕਲੀ ਧਰਮੀਆਂ ਦੀ ਹੈ ਨਕਲੀ ਧਰਮੀ ਤੁਹਾਨੂੰ ਹਰ ਜਗ੍ਹਾ ਮਿਲਣਗੇ ਤੇ ਨਕਲੀ ਧਰਮੀ ਸਗੋਂ ਜ਼ਿਆਦਾ ਖਤਰਨਾਕ ਹੈ ਕਿ ਭੁਲੇਖਾ ਪਾਉਂਦਾ ਵਿਗੜਿਆ ਤੇ ਵਿਗੜਿਆ ਹੈ ਉਹ ਭੁਲੇਖਾ ਥੋੜਾ ਪਾਉਂਦਾ ਪਾਪੀ ਤੇ ਪਾਪੀ ਹੈ ਹੀ ਉਹ ਭੁਲੇਖਾ ਥੋੜਾ ਪਾਉਂਦਾ ਜਿਹੜਾ ਬੰਦਾ ਮਾੜੇ ਕੰਮ ਕਰਦਾ ਕਰਦਾ ਖਤਰਨਾਕ ਉਹ ਜ਼ਿਆਦਾ ਖਤਰਨਾਕ ਬੰਦਾ ਹੈ ਜਿਹੜਾ ਦਿਸਦਾ ਕੁਝ ਹੋਰ ਹੋਵੇ ਤੇ ਵਿੱਚੋਂ ਕੁਝ ਹੋਰ ਹੋਵੇ ਉਹ ਤੇ ਬਹੁਤ ਖਤਰਨਾਕ ਹੈ ਤੇ ਸਾਡਾ ਹੁਣ ਸਾਡੇ ਵਿੱਚ ਧਰਮ ਨੂੰ ਪਰਖਣ ਦੀ ਚੀਜ਼ ਹੀ ਤਨ ਹੈ ਜਿਹੜਾ ਜਿਹੜਾ ਅਸੀਂ ਧਰਮੀ ਬੰਦਾ ਵੇਖਦੇ ਹਾਂ ਅਸੀਂ ਤੇ ਵੇਖਦੇ ਹੀ ਇੰਦਾ ਆ ਵੀ ਬੰਦਾ ਪਹਿਰਾਵਾ ਕਿੱਦਾਂ ਦਾ ਇਹਦਾ ਦਾੜਾ ਕਿੰਨਾ ਵੱਡਾ ਵੱਡਾ ਕਈ ਬੰਦੇ ਇਦਾਂ ਦੇ ਵੇਖੇ ਆ ਜੀ ਮੈਂ ਕਈ ਵਾਰੀ ਇੱਥੇ ਗੱਲ ਕਰਨ ਲੱਗ ਜਾਈਏ ਬੰਦਾ ਐ ਦਾੜਾ ਵੱਡਾ ਵੱਡਾ ਹੋਵੇ ਐ ਪੱਕ ਐ ਪੂਰੀ ਵਧੀਆ ਵਧੀਆ ਕਈ ਵਾਰੀ ਗੱਲ ਕਰ ਲਈ ਦੀ ਸ਼ੁਰੂ ਤੇ ਵੱਡੀ ਸਾਰੀ ਗੱਲ ਕਰ ਲਈ ਦੀ ਐ ਵੱਡੀ ਸਾਰੀ ਗੱਲ ਕਰਕੇ ਜਦੋਂ ਮੁੜ ਕੇ ਵੇਖੀ ਤਾਂ ਠੋਸੀ ਕਰ ਦਿੰਦਾ ਵੀ ਇਹਦੀ ਤੇ ਯਾਰ ਦਾੜੀ ਕੋਈ ਵੱਡੀ ਇਹਦੀ ਤੇ ਦਾੜੀ ਕੋਈ ਵੱਡੀ ਹੈ ਇਹਦੀ ਬੁੱਧੀ ਓਨੀ ਕੋਈ ਛੋਟੀ ਅੰਦਰੋਂ ਨਹੀਂ ਘੜਿਆ ਹੋਇਆ ਗੁਣ ਕੱਖ ਨਹੀਂ ਵਧੇ ਅੰਦਰਲਾ ਅੰਦਰ ਵਿਕਾਸ ਕੋਈ ਨਹੀਂ ਹੋਇਆ ਦਾੜੀ ਵਧਾਈ ਕਰਦਾ ਤਾਂ ਕਰਕੇ ਇਹ ਜ਼ਿਆਦਾ ਖਤਰਨਾਕ ਹੈ ਤੇ ਮੇਰੇ ਗੁਰੂ ਸਾਹਿਬ ਕਹਿੰਦੇ ਆ ਭੇਖ ਹੈ ਨਾ ਜਿਹੜਾ ਇਹ ਬੜਾ ਭੈੜਾ ਹੈ ਆ ਵੇਖੋ ਇਹ ਸ਼ਬਦ ਵਿੱਚ ਅੱਗੇ ਭੇਖ ਦੀ ਗੱਲ ਹੀ ਹੈ ਸਾਰੀ ਵਿਆਖਿਆ ਕਰਨ ਦੀ ਲੋੜ ਨਹੀਂ ਪੈਣੀ ਸਮਝ ਆ ਜਾਣਾ ਸਿੱਧਾ ਹੀ ਤੇ ਜਿਵੇਂ ਕਹੇ ਤਾਂ ਭਾਂਡਾ ਵਿੱਚੋਂ ਵਿੱਚੋਂ ਵੇਖੋ ਉੱਤੋਂ ਤੇ ਚਮਕਦਾ ਸੋਨੇ ਵਾਂਗੂ ਲਿਸ਼ਕਾ ਮਾਰਦਾ ਤੇ ਰਗੜ ਕੇ ਵੇਖੀ ਚਲੋ ਜਿੰਨਾ ਮਰਜ਼ੀ ਰਗੜੀ ਜਾਓਗੇ ਵਿੱਚੋਂ ਕਾਲਖ ਹੀ ਕਾਲਖ ਨਿਕਲੀ ਆਉਂਦੀ ਹੈ ਇਹ ਹਾਲ ਸਾਡਾ ਅੱਗੇ ਕੋਠੇ ਮੰਡਪ ਮਾੜੀਆਂ ਪਾਸੋ ਚਿਤ ਵਿਆਹ ਢੱਠੀਆ ਕੰਮ ਨਾ ਆਵਣੀ ਵਿੱਚੋਂ ਹੋ ਸਖਣੀਆਂ ਢੱਠੀਆਂ ਕੰਮ ਨਾ ਜਦੋਂ ਢੈਂਦੀਆਂ ਨੇ ਨਾ ਬਾਹਰੋਂ ਤੇ ਚਿੱਤਰੇ ਹੋਏ ਨੇ ਮਕਾਨ ਫੁੱਲ ਬੂਟੇ ਪਾਏ ਆ ਬੜੇ ਚਿੱਤਰੇ ਹੋਏ ਆ ਵਿੱਚ ਜਾਨ ਕੋਈ ਨਹੀਂ ਜਿਵੇਂ ਹਾਲ ਬਣਿਆ ਹੋਵੇ ਬਾਹਰੋਂ ਤੇ ਚਮਕ ਦਮਕ ਬਥੇਰੀ ਹੋਵੇ ਵਿੱਚ ਕੱਖ ਵੀ ਨਾ ਹੋਵੇ ਤੇ ਜਿੱਦਣ ਢੈਂਦਾ ਮਲਬਾ ਉਹਦੇ ਵਿੱਚੋਂ ਵੀ ਕੱਖ ਨਹੀਂ ਨਿਕਲਦਾ ਫਿਰ ਨਾ ਬਣੇ ਕਿਸੇ ਕੰਮ ਨਾ ਢੱਠੇ ਕਿਸੇ ਕੰਮ ਓਦਾਂ ਹੀ ਨਕਲੀ ਚਿੱਤਰੇ ਹੋਏ ਹੁੰਦੇ ਆ ਵੇਖਣ ਨੂੰ ਹੀ ਲੱਗਦੇ ਆ ਕਈ ਗੱਤੇ ਦੇ ਮਹਿਲ ਖੜੇ ਕਰ ਦਿੰਦੇ ਆ ਜੀ ਆਰਟੀਫਿਸ਼ਲ ਜਿਹੜੇ ਬਣਾਉਂਦੇ ਆ ਨਾ ਕਈ ਜਗ੍ਹਾ ਵਿਆਹਾਂ ਸ਼ਾਦੀਆਂ ਦੇ ਵਿੱਚ ਕਈ ਜਗ੍ਹਾ ਵੇਖਿਓ ਬਾਹਰੋਂ ਐਂ ਲੱਗੇਗਾ ਵੀ ਕਿੱਡਾ ਮਹਿਲ ਬਣਿਆ ਵਿੱਚ ਕੱਖ ਵੀ ਨਹੀਂ ਹੁੰਦਾ ਉਹਦਾ ਹੁੰਦਾ ਗੱਤੇ ਦਾ ਹੀ ਹੈ ਵੇਖਣ ਨੂੰ ਹੀ ਲੱਗਦਾ ਹੁੰਦਾ ਹੈ ਵੀ ਇੱਕ ਤੇ ਐਂ ਵੱਡਾ ਸਾਰਾ ਬਣਾ ਦਿੰਦੇ ਆ ਉਹਤੇ ਲਾਈਟਾਂ ਪਾ ਦਿੰਦੇ ਆ ਚਮਕ ਦਮਕ ਬਹੁਤ ਜ਼ਿਆਦਾ ਕਰ ਦਿੰਦੇ ਆ ਤੇ ਵਿੱਚੋਂ ਵੇਖੋਗੇ ਕੱਖ ਵੀ ਨਹੀਂ ਆ ਜਿੰਨੇ ਨਕਲੀ ਭੇਖੀ ਗੁਰੂਆਂ ਦਾ ਕੰਮ ਹੈ ਉਹ ਏਦਾਂ ਦਾ ਹੀ ਹੈ ਪੜ੍ਹੇ ਲਿਖੇ ਬੰਦੇ ਰੱਖਣਗੇ ਆ ਨੂਰ ਮਹਿਲੀਆਂ ਦੇ ਵਿੱਚ ਜਿਹੜੇ ਬੰਦੇ ਰੱਖਦੇ ਸੀ ਨਾ ਤੇ ਰੱਖਦੇ ਹੀ ਉਹ ਸੀ ਜਿਹਨੂੰ ਬਾਣੀ ਵੱਧ ਤੋਂ ਵੱਧ ਕੰਠ ਹੋਵੇ ਹਿੰਦੂਆਂ ਚੋਂ ਉਹ ਬੰਦੇ ਲੈਂਦੇ ਸੀ ਜਿਨ੍ਹਾਂ ਨੂੰ ਗੀਤਾ ਦੇ ਬਾਰੇ ਹਰ ਚੀਜ਼ ਬਾਰੇ ਵੇਦਾਂ ਸ਼ਾਸਤਰਾਂ ਬਾਰੇ ਨੌਲੇਜ ਹੋਵੇ
ਇੱਕ ਮਹੀਨੇ ਦੀ 50,000 ਤਨਖਾਹ ਵੀ ਦਿੰਦੇ ਸੀ ਤੇ ਬੜੀਆਂ ਵੱਡੀਆਂ ਗੱਡੀਆਂ ਵੀ ਦਿੰਦੇ ਸੀ। ਇਹੋ ਜਿਹੇ ਬੰਦੇ ਲੱਭਦੇ ਸੀ ਵੀ ਸਿੱਖ 'ਚ ਸਭ ਤੋਂ ਵੱਧ ਬਾਣੀ ਕੰਠ ਵਾਲਾ ਬੰਦਾ, ਕਿਉਂ? ਕਿਉਂਕਿ ਫਿਰ ਸਿੱਖਾਂ ਨੂੰ ਭਰਮਾਉਣ ਲਈ ਨੂਰ ਮਹਿਲੀਆਂ ਦੇ ਕਈ ਬੰਦਿਆਂ ਨਾਲ ਗੱਲ ਕਰਕੇ ਵੇਖਿਓ ਬੋਲਣ ਨਹੀਂ ਦਿੰਦੇ, ਕਿਉਂ ਭਲਾ? ਸਾਡੇ 'ਚੋਂ ਹੀ ਗਏ ਹੈ, ਬਾਣੀ ਬੜੀ ਕੰਠ ਹੈ, ਨੌਲੇਜ ਬਹੁਤ ਹੈ। ਸੋ ਇਸ ਕਰਕੇ ਇਹ ਕੀ ਕਰਦੇ ਨੇ, ਬਹੁਤ ਆਰਟੀਫਿਸ਼ਲ ਤਿਆਰ ਕਰ ਲੈਂਦੇ ਨੇ, ਆਮ ਬੰਦਾ ਤੇ ਵੇਖੀ ਪ੍ਰਭਾਵਿਤ ਹੋ ਜਾਂਦਾ, ਅਡੰਬਰ ਅਡੰਬਰ ਇਹੋ ਜਿਹਾ ਕਰਦੇ ਆ ਕਿ ਬੰਦਾ ਪ੍ਰਭਾਵਿਤ ਹੋ ਜਾਂਦਾ ਵੇਖੀ। ਉਹਨਾਂ ਤੋਂ ਛੱਡੋ, ਆ ਸਾਡੇ ਵਾਲਾ ਨਾਣਾ ਵੀ ਤੇ ਜਲੇਬੀਆਂ ਤੋਂ ਪ੍ਰਭਾਵਿਤ ਹੋ ਜਾਂਦਾ ਹੈ, ਉਹ ਤੇ ਗੱਲਾਂ ਹੀ ਬਹੁਤ ਵੱਡੀਆਂ ਹੈ। ਉਹ ਤੇ ਅਗਲੇ ਜਦੋਂ ਕਦੇ ਅੰਗਰੇਜ਼ੀ ਬੋਲਣ ਵਾਲਾ ਆਇਆ ਉਹਦੇ ਨਾਲ ਇੰਗਲਿਸ਼ ਵਿੱਚ ਗੱਲ ਕਰਨ ਵਾਲੇ ਬਿਠਾਏ ਨੇ ਅਗਲਿਆਂ, ਜਦੋਂ ਅਗਲਾ ਕਿਸੇ ਭਾਸ਼ਾ ਦਾ ਬੰਦਾ ਆ ਜੇ ਉਹਨਾਂ ਅਰਬੀ ਅਰਬੀ 'ਚ ਗੱਲ ਕਰਨ ਵਾਲੇ ਬੰਦੇ ਜੈਪਨੀਜ਼ ਵਿੱਚ ਗੱਲ ਕਰਦੇ ਆ, ਭਾਸ਼ਾਵਾਂ ਦੇ ਅਲੱਗ ਅਲੱਗ ਬੰਦੇ ਭਾਏ ਉਹਨਾਂ ਨੇ, ਉਹਦੇ ਅਗਲਾ ਤਰੀਕਾ ਹੀ ਪੂਰਾ ਵਰਤਿਆ ਅਗਲੇ ਨੇ, ਤੇ ਸਾਡੇ ਵਾਲਾ ਲਾਣਾ ਤੇ ਬਸ ਇੰਨੇ ਨਾਲ ਹੀ ਖੁਸ਼ ਹੈ। ਲੰਗਰ 'ਚ ਗਜਰੇਲਾ ਚਲਾ ਦਿਓ, ਗਜਰੇਲਾ ਚੱਲਦਾ ਜੀ, ਜਲੇਬੀਆਂ ਚੱਲਦੀਆਂ ਨੇ ਜੀ, ਵੇਖਿਓ ਫਿਰ ਇੰਨੇ ਨਾਲ ਹੀ ਬੱਲੇ ਬੱਲੇ ਹੋ ਜਾਣੀ ਸਾਡਾ ਹਾਲ ਤੇ ਇੱਥੇ। ਤੇ ਮੈਂ ਤੁਹਾਨੂੰ ਬਹੁਤ ਵਾਰ ਕਹਿੰਦਾ ਹੁੰਦਾ, ਇਹ ਸੁਭਾਅ ਬਣਾਓ ਵੀ ਰੋਟੀ ਤੇ ਜੀ ਟਿਫਨ ਵਿੱਚ ਪਾ ਕੇ ਘਰੋਂ ਵੀ ਭੇਜ ਦਿਆਂਗੇ ਨਿਆਣੇ ਨੂੰ, ਮਾਸਟਰੋ ਪੜ੍ਹਾਈ ਦੀ ਗੱਲ ਕਰੋ, ਇਹ ਕਰੋ ਸ਼ੁਰੂ, ਪੜ੍ਹਾਈ ਕਰੋ, ਪੜ੍ਹਾਈ ਕਰਾਓ, ਕਰਦੇ ਹੀ ਆਪਾਂ ਆਪਣੇ ਬੱਚਿਆਂ ਨਾਲ, ਇੱਦਾਂ ਬੱਚਿਆਂ ਦੇ ਵਾਸਤੇ ਕਰ ਦਿੰਦੇ ਹਾਂ, ਆਪਣੀ ਜ਼ਿੰਦਗੀ 'ਚ ਨਹੀਂ ਕਰਦੇ। ਬੱਚਿਆਂ ਵਾਸਤੇ ਕਹਿੰਦੇ ਹਾਂ ਰੋਟੀ ਦੀ ਗੱਲ ਨਾ ਕਰੋ, ਭੋਜਨ ਦੀ ਗੱਲ ਛੱਡੋ, ਤੁਸੀਂ ਦੱਸੋ ਵੀ ਪੜ੍ਹਾਓਗੇ ਕੀ ਸਾਡੇ ਨਿਆਣੇ ਨੂੰ, ਪੜ੍ਹਾਈ ਵਧੀਆ ਹੋਵੇ ਇੱਥੇ, ਅਸੀਂ ਬੱਚਾ ਪੜ੍ਹਨ ਭੇਜਦੇ ਹਾਂ ਖਾਣ ਨਹੀਂ, ਤੇ ਗੁਰਦੁਆਰੇ ਕੀ ਕਰਨ ਆਉਣਾ ਫਿਰ, ਬੋਲੋ ਦੱਸੋ ਵੀ ਪੜ੍ਹਨ ਕੇ ਖਾਣ, ਪੜ੍ਹਨ ਪੜ੍ਹਾਈ ਕਰਨ, ਤੇ ਜ਼ੋਰ ਸਾਰੇ ਦਾ ਸਾਰਾ ਖਾਣ ਦੀ ਲੱਗਿਆ ਲੱਗਦਾ। ਸਾਡਾ 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 ਤੇ ਸਾਡਾ ਸਾਰੀ ਕੌਮ ਦਾ ਪੈਸਾ ਜਿਹੜਾ ਉਹ ਜ਼ਿਆਦਾਤਰ ਖਵਾਉਣ ਤੇ ਲੱਗਿਆ ਜਾਣਾ, ਸਾਹਿਬਜ਼ਾਦਿਆਂ ਦੀ ਗੱਲ ਘੱਟ ਦੱਸੀ ਜਾਣੀ ਹੈ, ਹੁਣ ਜਦੋਂ ਸਭਾ ਆਏਗੀ ਤੇ ਲੰਗਰਾਂ ਤੇ ਸਾਰਾ ਜ਼ੋਰ ਲਾ ਦੇਣਾ, ਪਿੰਡਾਂ ਦੇ ਪਿੰਡ ਜਿਹੜੇ ਜਿਹੜੇ ਬੰਦੇ ਨੂੰ ਚਾਰੇ ਸਾਹਿਬਜ਼ਾਦਿਆਂ ਦੇ ਨਾਮ ਹੀ ਨਹੀਂ ਨਾ ਪਤਾ, ਉਹ ਵੀ ਕਹਿੰਦਾ 1,000 ਰੁਪਈਆ ਲੈ ਜਾਓ, ਮੇਰਾ ਦਸਵੰਧ ਮੇਰਾ ਹਿੱਸਾ ਪਾ ਦਿਓ ਲੰਗਰ ਲਈ। ਉਹ ਇਹ ਨਹੀਂ ਕਹਿੰਦਾ ਵੀ ਲੋਕਾਂ ਨੂੰ ਗਿਆਨ ਕਰਾਓ, ਸਮਝਾਓ, ਮਾੜਾ ਮੋਟਾ ਦਿਮਾਗ 'ਚ ਵੜੇ, ਦਿਮਾਗ ਖੋਲੋ ਇਹਨਾਂ ਦੇ, ਇਹ ਨਹੀਂ ਕਹਿੰਦਾ। ਸਾਡਾ ਸਾਰੇ ਦਾ ਸਾਰਾ ਜ਼ੋਰ ਇਹਨਾਂ ਚੀਜ਼ਾਂ 'ਤੇ ਲੱਗ ਰਿਹਾ ਅੱਜ, ਤੇ ਲੋੜ ਤੇ ਦਿਮਾਗ ਨੂੰ ਖੋਲਣ ਦੀ ਹੈ ਭਾਈ, ਕੋਈ ਪਤਾ ਨਹੀਂ। ਜਿੱਦਣ ਐਜੂਕੇਸ਼ਨ ਮਿਲਣ ਲੱਗ ਗਈ, ਗਿਆਨ ਮਿਲਣ ਲੱਗ ਗਿਆ, ਕਿਹੜਾ ਤੁਹਾਡੇ 'ਚੋਂ ਨਿਕਲ ਜਾਣਾ ਜਿਹਨੇ ਪਤਾ ਨਹੀਂ ਕਿੱਡੀਆਂ ਕੁੰਡਾਰੀਆਂ ਮਾਰ ਜਾਣੀਆਂ। ਮੌਕਾ ਤੇ ਦਿਓ, ਇੱਕ ਵਾਰੀ ਖੁੱਲਣ ਦਾ ਮੌਕਾ ਤੇ ਦਿਓ, ਅੱਗੇ ਤੋਂ ਅੱਗੇ ਵਿਕਾਸ ਕਰੋ, ਜਿੰਨਾ ਹੋ ਸਕਦਾ ਕਰੋ। ਆ ਬਾਬੇ ਪਿੱਟਦੇ ਕਿਉਂ ਹੈ ਭਲਾ? ਜਿਹੜੇ ਨੌਜਵਾਨ ਹੈ ਉਹ ਵਿਕਾਸ ਕਰ ਗਏ, ਅੱਗੇ ਲੰਘ ਗਏ, ਪਰ ਵੇਖੋ ਆਮ ਬੰਦੇ ਵੇਖੋ ਕਮਾਲ ਦੇ ਹੈ। ਪ੍ਰਾਇਮਰੀ ਵਾਲੇ ਬੱਚੇ ਪੜ੍ਹ ਕੇ ਫਿਰ ਹਾਈ ਸਕੂਲ 'ਚ ਚਲੇ ਜਾਂਦੇ ਆ, ਪ੍ਰਾਇਮਰੀ ਵਾਲੇ ਟੀਚਰ ਨਹੀਂ ਪਿੱਟਦੇ, ਉਹ ਕਹਿੰਦੇ ਠੀਕ ਹੈ ਜਾਣ ਦਿਓ, ਅੱਗੇ ਜਾਣੇ ਚਾਹੀਦੇ, ਇੱਦਾਂ ਹੀ ਹੁੰਦਾ। ਜਦੋਂ ਅਗਲਾ ਅਗਲਾ ਹਾਈ ਸਕੂਲ 'ਚ ਚਲਿਆ ਜਾਂਦਾ ਹੈ ਮੈਟ੍ਰਿਕ ਕਰਕੇ, ਫਿਰ ਅਗਲਾ ਅੱਗੇ ਜਾਂਦਾ, ਜਦੋਂ ਅਗਲਾ ਪਲੱਸ ਟੂ ਕਰਕੇ ਕਾਲਜ ਵਿੱਚ ਦਾਖਲਾ ਲੈ ਲੈਂਦਾ, ਫਿਰ ਉਹ ਜਿਹੜੇ ਟੀਚਰ ਪੜ੍ਹਾਉਂਦੇ ਸੀ 10th ਤੱਕ ਪੜ੍ਹਾਇਆ ਉਹ ਨਹੀਂ ਪਿੱਟਦੇ, ਉਹ ਕਹਿੰਦੇ ਠੀਕ ਹੈ ਜਾਣ ਦਿਓ, ਅੱਗੇ ਜਾਏਗਾ ਹੁਣ। ਤੇ ਜਦੋਂ ਅਗਲਾ ਕਾਲਜ ਛੱਡ ਕੇ ਅੱਗੇ ਹੋਰ ਅੱਗੇ PhD ਕਰਨ ਜਾਣਾ ਚਾਹਵੇ, ਕੋਈ ਹੋਰ ਡਿਗਰੀ ਲੈਣਾ ਚਾਹਵੇ, ਫਿਰ ਕਾਲਜ ਵਾਲੇ ਵੀ ਪਿੱਟਦੇ, ਕਹਿੰਦੇ ਠੀਕ ਹੈ। ਸਾਡੇ ਵਾਲੇ ਪਿੱਟ ਸਿਆਪਾ ਪਾ ਲੈਂਦੇ ਨੇ, ਕਹਿੰਦੇ ਨੇ ਮੇਰੇ ਅੱਗੇ ਬੈਠਾ ਰਹੇ ਔਖੋ ਸਤਨਾ, ਸਾਡੇ ਵਾਲੇ ਕਹਿੰਦੇ ਨੇ ਵੀ ਮੇਰੇ ਅੱਗੇ ਬਹਿ, ਤੂੰ ਕਿੱਧਰ ਚੱਲਿਆ? ਅਗਲਾ ਕਹਿੰਦਾ ਤੇਰੇ ਕੋਲ ਹੁਣ ਇੰਨਾ ਕੀ ਕੁਛ ਸੀ, ਹੁਣ ਤੇਰੇ ਤੋਂ ਦੱਸਦਾ ਕੀ ਲੈਣਾ, ਹੁਣ ਤੂੰ ਅੱਗੇ ਦੀ ਗੱਲ ਤੇ ਦੱਸਦਾ ਕੋਈ, ਕੋਈ ਬੌਧਿਕ ਵਿਕਾਸ ਦੀ ਗੱਲ ਕਰ, ਕੋਈ ਪਰਸਨੈਲਿਟੀ ਡਿਵੈਲਪਮੈਂਟ ਦੀ ਗੱਲ ਕਰ, ਕੋਈ ਅੱਗੇ ਦੀ ਗੱਲ ਤੇ ਕਰ, ਤੂੰ ਤੇ ਉਹੀ ਉਹੀ ਰਾਜੇ ਰਾਣੀ ਹੈ ਚੱਕੀ ਫਿਰਦਾ, ਇਹ ਕਿੰਨਾ ਚਿਰ ਚੱਲੂ ਕੰਮ ਇਹ? ਤੇ ਜਾਂ ਤੇ ਫਿਰ ਟੀਚਰ ਵੀ ਨਾਲ ਹੀ ਪੜ੍ਹਨ ਲੱਗ ਜਾਣ ਵੀ ਇਹ ਵੀ ਤੇਜ਼ ਨੇ, ਮੈਂ ਵੀ ਚੱਲ ਥੋੜਾ ਜਿਹਾ ਦਿਮਾਗ ਆਪਣਾ ਮੈਂ ਵੀ ਖੋਲ ਲਵਾਂ, ਵੀ ਇਹ ਵੀ ਅੱਗੇ ਲੱਗੇ ਹੋਏ, ਇਹ ਵੀ ਦਿਮਾਗ ਤੇਜ਼ ਨੇ ਇਹਨਾਂ ਦੇ,
ਇਹ ਤੇ ਧੱਕੇ ਨਾਲ ਹੀ ਹੋ ਜਾਣਾ ਜੀ। ਆ ਕਈ ਵਾਰੀ ਫੋਨ ਤੁਸੀਂ ਵੇਖਦੇ ਹੁੰਦੇ ਆ ਨਾ, ਜਦੋਂ ਕੋਈ ਨਵਾਂ ਉਹਦੇ ਚ ਵਰਜਨ ਚੇਂਜ ਹੋ ਜਾਂਦਾ ਹੈ ਉਹ ਧੱਕੇ ਨਾਲ ਹੀ ਅਪਗ੍ਰੇਡ ਹੋ ਹੀ ਜਾਂਦਾ ਹੁੰਦਾ। ਜੇ ਨਹੀਂ ਵੀ ਕਰਨਾ ਧੱਕੇ ਨਾਲ ਹੀ ਹੋ ਜਾਂਦਾ, ਤੁਸੀਂ ਉਹਨੂੰ ਕਹੋਗੇ ਵੀ ਨਹੀਂ ਉਹ ਹੋ ਜਾਂਦਾ, ਪਤਾ ਵੀ ਲੱਗਣਾ ਕਦੋਂ ਉਹਨੇ ਹੋ ਜਾਣਾ। ਤਾਂ ਕਰਕੇ ਬਾਬਿਓ ਹੁਣ ਰਹਿਣ ਹੀ ਦਿਓ ਤੁਸੀਂ, ਇਹਨਾਂ ਨੇ ਤੇ ਅੱਗੇ ਜਾਣਾ ਹੀ ਜਾਣਾ, ਇਹਨਾਂ ਨੂੰ ਤੁਸੀਂ ਰੋਕ ਨਹੀਂ ਸਕਦੇ। ਸ੍ਰੀ ਅਕਾਲ। ਅਗਲੀ ਗੱਲ ਵੀ ਸੁਣ ਲਓ ਵੀ ਸਿੰਘੋ, ਜਿੰਨੇ ਪਿਆਰੇ ਹੋ ਸਾਰੇ ਇਹ ਵੀ ਗੱਲ ਨੋਟ ਕਰ ਲਓ, ਜਾਣਾ ਤੁਸੀਂ ਇਦੂ ਵੀ ਅੱਗੇ ਹੈ, ਇਹ ਨਹੀਂ ਵੀ ਇੱਥੇ ਖੜ ਜਾਓ। ਬਾਬਿਆਂ ਦੇ ਪੈਰੋਕਾਰ ਆ, ਹੁਣ ਅਸੀਂ ਮੇਰੇ ਵਰਗਿਆਂ ਦੇ ਪੈਰੋਕਾਰ ਬਣ ਗਏ। ਮੇਰਾ ਵੀ ਇੱਕ ਲਿਮਿਟ ਹੈ ਨਾ ਵੀ ਇੱਥੇ ਖੜਾ ਵਾ, ਜੇ ਤੇ ਚਲੋ ਤੁਰੀ ਜਾਵਾਂ ਫਿਰ ਤੇ ਗੱਲ ਵੱਖ ਹੈ, ਕਿਤੇ ਜਾ ਕੇ ਜਿੱਥੇ ਮੇਰਾ ਵੀ ਤੇ ਐਂਡ ਹੈ ਤੇ ਹਰ ਬੰਦੇ ਦਾ ਐਂਡ ਆਉਣਾ ਹੀ ਆਉਣਾ, ਉਹਦੀ ਆਪਣੀ ਕੁਆਲਿਟੀ। ਪਰ ਜੇ ਅੱਗੇ ਜਾਣ ਵਾਲਾ ਜਿਹੜਾ ਬੰਦਾ ਅੱਗੇ ਵਿਕਾਸ ਕਰਨਾ ਚਾਹੁੰਦਾ, ਜਿਹਨੂੰ ਅੱਗੇ ਦੀ ਪਕੜ ਆਉਣੀ ਹੈ, ਉਹ ਜਾਵੇ, ਰੁਕੇ ਪਿੱਛੇ ਨਾ ਖੜੇ, ਕਿਤੇ ਨਾ ਖੜੋ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਪਤਾ ਨੀ ਕਿੰਨੇ ਕਿੰਨੇ ਫਲ ਤੈਨੂੰ ਲੱਗਣੇ ਆ, ਤੂੰ ਕਿੱਥੇ ਤੱਕ ਜਾ ਸਕਦਾ, ਚਾਹ ਪਿੱਛੇ ਨਾ ਖੜਾ ਰਹਿ ਜੇ, ਜਿਹਨੂੰ ਮੌਕਾ ਮਿਲਦਾ ਹੈ ਉਹ ਅੱਗੇ ਜਾਏ, ਦਿਮਾਗ ਖੁੱਲੇ, ਅੱਗੇ ਜਾ ਕੇ ਹੱਥ ਹਿਲਾ ਕੇ ਦੱਸੀ ਵੀ ਮੈਂ ਤਾਂ ਇੱਥੇ ਪਹੁੰਚ ਗਿਆ, ਚਾਹ ਚੜ੍ਹੇਗਾ ਵੇਖ ਕੇ ਤੈਨੂੰ ਵਿਛਾਵਾ। ਆਹ ਬਣੀ ਨਾ ਗੱਲ, ਸਾਨੂੰ ਵੀ ਸਮਝ ਮਿਲੇਗੀ, ਕੁਛ ਅੱਗੇ ਜਾ, ਕਿਤੇ ਨਾ ਰੁਕੋ, ਬਹੁਤ ਅੱਗੇ ਜਾ, ਕੋਸ਼ਿਸ਼ ਕਰੋ ਪਿਆਰਿਓ। ਗੁਰੂ ਸਾਹਿਬ ਸਾਨੂੰ ਅੱਗੇ ਲਿਜਾਣਾ ਚਾਹੁੰਦੇ ਆ, ਉਹ ਸਾਨੂੰ ਪੈਰੋਕਾਰ ਨਹੀਂ ਬਣਾ ਰਹੇ ਆਪਣੇ, ਉਹ ਸਾਡੇ ਅੱਗੇ ਲੱਗਣ ਵਾਲੇ ਆਗੂਆਂ ਵਾਲੇ ਗੁਣ ਭਰਦੇ ਆ। ਪੈਰੋਕਾਰ ਤੇ ਪਹਿਲੇ ਜਿੰਨੇ ਆਏ ਉਹਨਾਂ ਨੇ ਪੈਰੋਕਾਰ ਬਣਾ, ਮੇਰੇ ਪਿੱਛੇ ਲੱਗ ਗਿਆ, ਕਹਿੰਦੇ ਪਿੱਛੇ ਲੱਗ ਗਿਆ, ਗੁਰੂ ਸਾਹਿਬ ਕਹਿੰਦੇ ਨਹੀਂ ਅੱਗੇ ਲੱਗ ਗਿਆ। ਜਿਹੜੀ ਉਹਨਾਂ ਨੇ ਕਿਰਪਾ ਕੀਤੀ ਹੈ ਨਾ, ਇਹ ਵੱਖਰਾ ਢੰਗ ਤਰੀਕਾ ਜਿਹੜਾ ਦੱਸਿਆ ਕਮਾਲ ਦਾ। ਤਾਂ ਕਰਕੇ ਜਿਹੜੇ ਅੱਗੇ ਜਾ ਸਕਦੇ ਹੋ ਚੱਲੋ, ਜਿੰਨਾ ਵੱਧ ਸਕਦੇ ਹੋ ਵਧੋ, ਰੁਕੋ ਨਾ, ਆ ਵਿਕਾਸ ਕਰਨਾ ਚਾਹੀਦਾ। ਉਹ ਸਦਾ ਦਾਤਾ ਦਿੰਦਾ ਭਾਈ, ਉਹ ਦਾ ਉਹਨੇ ਤੁਹਾਨੂੰ, ਜੇ ਤੂੰ ਜਾਣਾ ਚਾਹੇਗਾ ਤੇ ਪਰਮਾਤਮਾ ਤੇਰੇ ਨਾਲ ਹੈ, ਉਹਨੇ ਤੈਨੂੰ ਇਹ ਬਖਸ਼ਿਸ਼ ਕਰਨੀ ਹੈ। ਪੜ੍ਹਦੇ ਆ ਨਾ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਸਦਾ ਸਦਾ ਦਾਤਾਰ ਸਾਹਿਬ, ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਸਦਾ ਸਦਾ ਦਾਤਾਰ ਸਾਹਿਬ, ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਸਦਾ ਸਦਾ ਦਾਤਾਰ ਸਾਹਿਬ, ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਸਦਾ ਸਦਾ ਦਾਤਾਰ ਸਾਹਿਬ, ਸਦਾ ਸਦਾ ਦਾਤਾਰੀ ਸਾਹਿਬ ਨੱਚ ਕੇ। ਵਾਹ ਵਾਹ ਵਾਹ, ਸਦਾ ਸਦਾ ਦਾਤਾਰ ਸਾਹਿਬ, ਸਦਾ ਦਾਤਾਰ, ਸਦਾ ਸਦਾ ਦਾਤਾਰ, ਸਦਾ 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 ਦਾਤਾ।
ਪ੍ਰਾਇਮਰੀ ਵਾਲੇ ਜਿਹੜੇ ਸਾਨੂੰ ਮਾਸਟਰ ਪੜਾਉਂਦੇ ਐ ਉਹਨਾਂ ਨੂੰ ਵਿਚਾਰੇ ਕਿੰਨੀ ਅੰਗਰੇਜ਼ੀ ਆਉਂਦੀ ਹੁੰਦੀ ਸੀ ਸਾਬ ਜੀ ਦੀ ਆਉਂਦੀ ਹੁੰਦੀ ਮਾੜੀ ਮਾੜੀ ਜਿਹੜੇ ਪ੍ਰਾਇਮਰੀ ਚ ਪੜਾਉਂਦੇ ਸੀ ਪਰ ਬੱਚੇ ਪੜ ਲਿਖ ਕੇ ਕਿਤੇ ਦੀ ਕਿਤੇ ਪਹੁੰਚ ਗਏ ਉਹ ਤੇ ਹਰ ਗੱਲ ਹੀ ਉਹ ਕਿੱਥੇ ਰਹਿ ਗਿਆ ਸਤਕਾਰ ਉਹਦਾ ਜ਼ਰੂਰ ਹੈ ਜਿੱਥੋਂ ਉਹਨੇ ਪੜਾਇਆ ਸੀ ਰਿਸਪੈਕਟ ਰਹਿਣੀ ਹੋਈ ਹੈ ਰਿਸਪੈਕਟ ਤਾਂ ਰਹਿਣੀ ਹੈ ਜੇ ਬੱਚੇ ਨੂੰ ਅੱਗੇ ਜਾਣ ਦੇਵੇ ਤੇ ਜੇ ਨਿਆਣੇ ਨੂੰ ਅੱਗੇ ਨਾ ਜਾਣ ਦਿੱਤਾ ਤੇ ਫਿਰ ਗਾਲਾਂ ਹੀ ਖਾਏਗਾ ਉਹ ਆਖੋ ਸਤਨਾਮ ਮੇਰੀ ਬਾਸ ਜੇ ਚੁੱਪ ਕਰ ਜੇ ਤੇ ਸੱਚ ਬੋਲੇ ਜੇ ਟੀਚਰ ਕਹੇ ਮੈਨੂੰ ਤੇ ਇੰਨਾ ਕੀ ਆਉਂਦਾ ਸੀ ਤੂੰ ਚੱਲ ਗਾ ਹੁਣ ਅੱਗੇ ਫਿਰ ਤੇ ਗੱਲ ਠੀਕ ਰਹਿਣੀ ਤੇ ਜੇ ਅਗਲੇ ਨੇ ਬੰਨਣ ਦੀ ਕੋਸ਼ਿਸ਼ ਕੀਤੀ ਫਿਰ ਕੰਮ ਖਰਾਬ ਹੋ ਜਾਣਾ ਫਿਰ ਗਲਤ ਹੋ ਜਾਣਾ ਤਾਂ ਕਰਕੇ ਆਪਣੀ ਜ਼ਿੰਦਗੀ ਵਿੱਚ ਕੋਸ਼ਿਸ਼ ਕਰੋ ਕਿ ਗੁਰਮਤ ਨੂੰ ਸਮਝਿਆ ਜਾਏ ਕਹਿੰਦੇ ਵੇਖਣ ਨੂੰ ਲੱਗਦਾ ਹੈ ਵਿੱਚ ਕੱਖ ਨਹੀਂ ਕਹਿੰਦੇ ਬਾਹਰੋਂ ਚਿੱਤਰੇ ਹੋਏ ਨੇ ਮਕਾਨ ਅੱਗੇ ਵੇਖਿਓ ਕੀ ਕਹਿੰਦੇ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਾਨਾ ਕੁੱਟ ਕੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ ਨਾ ਕਹਿੰਦੇ ਬਗਲੇ ਰਹਿੰਦੇ ਤੀਰਥਾਂ ਉੱਤੇ ਹੀ ਹੈ ਚਿੱਟੇ ਚਿੱਟਾ ਉਹਨਾਂ ਦੇ ਖੰਭ ਹੁੰਦੇ ਹੈ ਪਰ ਇਹ ਭੁਲੇਖਾ ਨਾ ਖਾ ਜੀ ਵੀ ਰੰਗ ਚਿੱਟਾ ਤੇ ਸੋਹਣੇ ਵੀ ਹੋਣਗੇ ਬਗਲਾ ਫੜ ਕੇ ਵੇਖੀ ਉਹਦਾ ਗਲਾ ਖੋਲ ਕੇ ਉਹਦੇ ਵਿੱਚ ਪਤਾ ਨਹੀਂ ਕਿੰਨੀਆਂ ਡੱਡੀਆਂ ਮੱਛੀਆਂ ਗੰਦੇ ਮੰਦੇ ਕੀੜੇ ਇਕੱਠੇ ਕਰੀ ਫਿਰਦਾ ਹੋਣਾ ਹੈ ਉਹ ਲੱਗਦਾ ਹੀ ਸੋਹਣਾ ਹੈ ਜ਼ਰੂਰੀ ਨਹੀਂ ਵੀ ਜਿਹੜਾ ਚਿੱਟਾ ਹੋਵੇ ਉਹ ਸੋਹਣਾ ਵੀ ਹੋਵੇ ਆਖੋ ਸਤਨਾਮ ਮੇਰੀ ਬਾਤ ਗੱਲ ਸੱਜਣ ਮਹਾਰਾਜ ਕਹਿੰਦੇ ਵੀ ਜ਼ਰੂਰੀ ਨਹੀਂ ਵੀ ਸਾਡੇ ਵਰਗੇ ਇੱਦਾਂ ਲੱਗਣ ਧਰਮੀ ਬੰਦੇ ਤੇ ਧਰਮੀ ਹੋਣ ਇਹ ਜ਼ਰੂਰੀ ਨਹੀਂ ਇਹ ਵੱਡਾ ਭੁਲੇਖਾ ਕੱਢ ਦੇਣਾ ਚਾਹੀਦਾ ਇਹ ਜ਼ਰੂਰੀ ਨਹੀਂ ਕਿ ਬੰਦਾ ਦਿਸਦਾ ਹੋਵੇ ਉਵੇਂ ਦਾ ਹੋਵੇ ਵੀ ਹਾਂਜੀ ਸਿਮਲ ਰੁੱਖ ਸਰੀਰ ਮੈਂ ਜਦ ਦੇਖ ਪੁਲਨ ਸੇ ਫਲ ਕਾਮਨਾਵਨੀ ਤੇ ਗੁਣ ਮੈਂ ਤਨ ਹਨ ਗੁਰੂ ਜੀ ਕਹਿੰਦੇ ਮੇਰਾ ਸਰੀਰ ਤੇ ਏਦਾਂ ਹੈ ਆ ਮੇਰਾ ਲਿਬਾਸ ਮੇਰੇ ਕੱਪੜੇ ਲੀੜੇ ਵੇਖਿਓ ਕਮਾਲ ਦੀ ਗੱਲ ਹੈ ਮੇਰਾ ਲਿਬਾਸ ਤੇ ਏਦਾਂ ਜਿਵੇਂ ਸਿੰਬਲ ਦਾ ਰੁੱਖ ਹੁੰਦਾ ਨਾ ਵੇਖਣ ਨੂੰ ਤੇ ਵੱਡਾ ਉੱਚਾ ਲੰਮਾ ਮੋਟਾ ਪਰ ਕਹਿੰਦੇ ਨਾ ਫੁੱਲ ਕੰਮ ਆਉਂਦੇ ਆ ਨਾ ਫਲ ਕੰਮ ਆਉਂਦੇ ਆ ਨਾ ਪੱਤੇ ਕੰਮ ਆਉਂਦੇ ਆ ਮੋਟਾ ਤੇ ਲੰਮਾ ਸਿੰਬਲ ਦਾ ਦਰਖਤ ਵੇਖਣ ਨੂੰ ਹੀ ਲੱਗਦਾ ਹੈ ਤੇ ਪੰਛੀ ਆਸ ਕਰ ਲੈਂਦੇ ਆ ਕਹਿੰਦੇ ਉਹ ਦਰਖਤ ਤੇ ਚੱਲਦੇ ਆ ਫਲ ਬਹੁਤ ਵਧੀਆ ਹੋਣਗੇ ਕਹਿੰਦੇ ਪੰਛੀ ਆਉਂਦੇ ਆ ਆਸ ਕਰਕੇ ਪਰ ਵਿੱਚੋਂ ਕੱਖ ਵੀ ਨਹੀਂ ਨਿਕਲਦਾ ਕਹਿੰਦੇ ਮੇਰੇ ਵਰਗੇ ਜਦੋਂ ਲਿਬਾਸ ਪਾ ਕੇ ਬਹਿ ਜਾਂਦੇ ਆ ਤੇ ਕਈਆਂ ਨੂੰ ਸਿੰਬਲ ਰੁੱਖ ਵਾਂਗੂ ਭੁਲੇਖਾ ਪੈ ਜਾਂਦਾ ਹੈ ਜਿਵੇਂ ਸਿੰਬਲ ਦਿਖਾਵੇ ਕਰਦਾ ਹੈ ਸਿੰਬਲ ਦਾ ਦਿਖਾਵਾ ਤੇ ਬਹੁਤ ਹੈ ਵਿੱਚ ਕੱਖ ਨਹੀਂ ਹੁੰਦਾ ਏਦਾਂ ਹੀ ਕਹਿੰਦੇ ਮੇਰਾ ਸਰੀਰ ਹੈ ਬਾਹਰੋਂ ਬਾਹਰੋਂ ਤੇ ਮੈਂ ਲੱਗਦਾ ਇਹ ਬਹੁਤ ਵਧੀਆ ਪਰ ਵਿੱਚੋਂ ਮੈਂ ਕੱਖ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਵੇਖੋ ਗੁਰੂ ਜੀ ਕਹਿੰਦੇ ਮੇਰੇ ਕੱਪੜੇ ਵੇਖ ਕੇ ਨਾ ਵੇਖ ਲਿਓ ਵੀ ਸੱਜਣ ਹੈ ਬੜਾ ਚੰਗਾ ਬੜਾ ਗੁਰਮੁਖ ਹੈ ਮੇਰੇ ਕੱਪੜੇ ਵੇਖ ਕੇ ਨਾ ਮੰਨ ਲਿਓ ਇਹ ਤੇ ਆਪਾਂ ਰੋਜ਼ ਆਸਾ ਦੀ ਵਾਰ ਵੀ ਪੜ੍ਹਦੇ ਹਾਂ ਨਾ ਸਿੰਮਲ ਰੁੱਖ ਲੋ ਇੱਕ ਵਾਰ ਇਹ ਪੂਰਾ ਪੜ੍ਹਿਓ ਸਰਾਇਰ ਅਤ ਧੀਰਗ ਅਤ ਮੁੱਚ ਓਏ ਜੇ ਆਵੈ ਆਸ ਕਰ ਜਾਹੇ ਨਿਰਾਸੇ ਇਤ ਫਲ ਫਿੱਕੇ ਫੁੱਲ ਪੱਕ ਮੁਕੇ ਸਿੰਮਲ ਰੁੱਖ ਸਰਾਇਰ ਅਤ ਧੀਰਗ ਅਤ ਮੁੱਚ ਲੰਬਾ ਵੀ ਹੁੰਦਾ ਮੁੱਚ ਮੋਟਾ ਵੀ ਹੁੰਦਾ ਸਿੰਮਲ ਦਾ ਰੱਖ ਹੈ ਜਿਹੜਾ ਓਏ ਜੇ ਆਵੈ ਆਸ ਕਰ ਜਾਹੇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਾਬੇ ਕੰਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗੇ ਆਇਆ ਤਤ ਸਭ ਕੌਣ ਵੈ ਆਪ ਕੋ ਪਰ ਕੌਣ ਵੈ ਨਾ ਝੁਕਣਾ ਹੋਇਆ ਤੇ ਦਿਖਾਵਾ ਨਾ ਕਰੀ ਦਿਖਾਉਣ ਲਈ ਨਾ ਨਿਵੀ ਸੱਚਮੁੱਚ ਮਨ ਨੀਵਾ ਕਰੀ
ਮਨ ਨੀਵਾ ਸੱਚਮੁੱਚ ਕਰੀ ਦਿਖਾਵਾ ਨਾ ਕਰੀ ਐਦਾਂ ਤੇ ਸ਼ਿਕਾਰੀ ਜਿਹੜੇ ਸ਼ਿਕਾਰ ਫੜਦੇ ਐ ਐ ਕਮਾਨ ਵਾਂਗੂ ਡੇਢੇ ਹੋ ਜਾਂਦੇ ਐ ਪੂਰੇ ਦੇ ਪੂਰੇ ਨਿਭਦੇ ਐ ਪਰ ਉਹ ਸ਼ਿਕਾਰ ਵਾਸਤੇ ਨਿਭਦੇ ਐ ਸ਼ਿਕਾਰ ਸ਼ਿਕਾਰ ਲਈ ਨਿਭਦੇ ਆ ਉਦਾਂ ਥੋੜਾ ਉਹਨਾਂ ਵਿੱਚ ਐਦਾਂ ਹੁੰਦਾ ਜੇ ਨਿਭਣਾ ਤੇ ਮਨੋ ਨਿਵੀ ਹਾਂਜੀ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਧਰ ਤਾਰਾ ਨੂੰ ਤੋਲੀਏ ਨਿਵੇ ਸੁਗੌਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਲਦਾ ਹੈ ਅਪਰਾਧੀ ਵੀ ਜ਼ਿਆਦਾ ਹੀ ਮਿਲਦੇ ਆ ਪੈਰਾਂ ਚ ਵੀ ਕੀ ਜਾਂਦੇ ਆ ਅਪਰਾਧੀ ਜਿੰਨਾ ਜ਼ਿਆਦਾ ਅਪਰਾਧੀ ਹੋਏਗਾ ਨਾ ਉਨਾ ਹੀ ਜ਼ਿਆਦਾ ਬਸ ਜੀ ਧੰਨ ਪਾਕ ਜੀ ਤੁਸੀਂ ਚਰਨ ਪਾਰ ਤੇ ਧੰਨ ਪਾ ਬੜੀ ਕਿਰਪਾ ਬੜੀ ਕਿਰਪਾ ਏਦਾਂ ਹੀ ਕਰੀ ਆਪਾਂ ਆਪਣੇ ਵਰਗਾ ਯਾਰ ਕਿੰਨਾ ਮਿੱਠਾ ਬੋਲਦੇ ਏਦਾਂ ਹੀ ਕਰੀ ਧੰਨ ਪਾਕ ਏਦਾਂ ਹੀ ਕਰੀ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਇੱਕ ਟੈਂਚੀ ਲੈਣ ਗਿਆ ਉਹਨੇ ਲੁੱਟ ਹੀ ਲਿਆ ਜੀ ਮੈਨੂੰ ਵਾਹ ਜੀ ਬਸ ਜੀ ਚਰਨ ਪਾਕ ਤੇ ਮੇਰੇ ਲਈ ਤਾਂ ਇੰਨੇ ਹੀ ਚੰਗੇ ਭਾਗ ਨੇ ਤੇ ਮੁੜ ਕੇ ਦੇਖੋ ਉਹ ਹੈ ਕਿੰਨੇ ਦਾ ਤੇ ਲਾ ਕਿੰਨੇ ਦਾ ਦਿੱਤਾ ਗੱਲਾਂ ਹੀ ਇੰਨੀਆਂ ਮਿੱਠੀਆਂ ਕਰਦੇ ਨੇ ਕਈ ਸੋ ਇਹ ਨਾ ਕਦੇ ਵੇਖੀਏ ਵੀ ਬੰਦਾ ਮਿੱਠਾ ਬਹੁਤ ਹੈ ਜੀ ਤੇ ਇਹ ਨਹੀਂ ਇਹ ਧਿਆਨ ਚ ਰੱਖੀ ਹਾਂਜੀ ਅਪਰਾਧੀ ਹਾਂ ਹਾਂ ਠੀਕ ਹੈ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਹੈ ਸੀਸ ਨਿਵਾਇਆ ਕਿਆ ਥੀਏ ਜਾਰ ਬੈਕ ਸੁਤੇ ਜਾਹੇ ਤੇਰੇ ਸਿਰ ਚ ਘਾਣ ਨੂੰ ਕੀ ਕਰੀਏ ਜੇ ਮਨ ਵਿੱਚ ਖੋਟ ਹੈ ਅੰਦਰ ਜੇ ਸ਼ੁੱਧ ਨਹੀਂ ਤੇ ਸਿਰ ਨਵਾਰ ਨੂੰ ਕੀ ਕਰਾਂਗੇ ਪਰ ਕਰਦਾਰ ਨਹੀਂ ਤੇ ਦਸਤਾਰ ਨੂੰ ਕੀ ਕਰੀਏ ਗੱਲ ਤੇ ਉਹੀ ਹੈ ਜੇ ਕੱਲਾ ਬਾਣੀ ਨਹੀਂ ਲੈ ਕੇ ਆਏ ਤੇ ਬਾਣੀ ਚ ਨਹਾਉਣ ਨੂੰ ਕੀ ਕਰੀਏ ਜੇ ਬਾਣੀ ਤੇ ਤੇਰੇ ਮਨ ਚ ਨਾ ਵਸੀ ਇਹੀ ਗੱਲ ਹੈ ਸਪਸ਼ਟ ਗੱਲ ਤੇ ਮਨ ਦੀ ਹੈ ਜਦੋਂ ਤੁਸੀਂ ਤਨ ਤੇ ਮਨ ਦੇ ਕਨਸੈਪਟ ਨੂੰ ਇਕੱਠਾ ਕਰੀ ਜਾਂਦੇ ਹੋ ਹਰੇਕ ਗੱਲ ਵਿੱਚ ਕੱਲੇ ਬਾਣੇ ਨੂੰ ਕੀ ਕਰੋਗੇ ਕੱਲੀ ਤਲਵਾਰ ਨੂੰ ਕੀ ਕਰੋਗੇ ਜੇ ਵਿਚਾਰ ਨਾ ਹੋਈ ਤੂੰ ਇਹ ਕਹਿ ਵੀ ਮੈਨੂੰ ਤੇ ਲੜਨ ਨੂੰ ਕਿਹਾ ਆ ਪਿੱਛੇ ਜੇ ਮੈਂ ਕਿਹਾ ਸੀ ਨਾ ਵੀ ਸ਼ਸਤਰ ਅੱਜ ਜ਼ਮਾਨਾ ਹੋਰ ਹੈ ਅੱਜ ਵਿਚਾਰਾਂ ਦਾ ਯੁੱਗ ਹੈ ਤੇ ਇਹਨਾਂ ਨੇ ਬੜਾ ਰੌਲਾ ਪਾਇਆ ਕਹਿੰਦੇ ਜੀ ਢੱਡਰੀਆਂ ਇਹ ਤੇ ਕਹਿੰਦੇ ਹੁਣ ਸ਼ਸਤਰਾਂ ਦੀ ਵੀ ਲੋੜ ਨਹੀਂ ਜੇ ਗੁਰੂ ਸਾਹਿਬ ਵੇਲੇ ਹੁੰਦੇ ਤੇ ਗੁਰੂ ਸਾਹਿਬ ਦੇ ਬੱਚੇ ਸ਼ਹੀਦ ਨਹੀਂ ਸੀ ਹੋਣੇ ਵਿਚਾਰਾਂ ਨਾਲ ਕੀ ਹੁੰਦਾ ਹਥਿਆਰਾਂ ਦੀ ਲੋੜ ਹੈ ਉਹ ਭਾਈ ਐਵੇਂ ਨਾ ਜਬਲੀਆਂ ਮਾਰਿਆ ਕਰੋ ਅੱਜ ਦਾ ਜਿਹੜਾ ਜ਼ਮਾਨਾ ਹੈ ਅੱਜ ਦਾ ਜਿਹੜਾ ਯੁੱਗ ਹੈ ਇੱਕ ਹਥਿਆਰ ਤੇ ਆਪਣੇ ਹੱਥ 'ਚ ਹੈ ਤੁਹਾਡੀਆਂ ਗੱਡੀਆਂ ਦੇ ਵਿੱਚ ਜਿਹੜੇ ਆਏ ਹੋ ਤੁਸੀਂ ਕਿਸੇ ਨੇ ਕੋਈ ਰਾਡ ਰੱਖੀ ਹੈ ਕਿਸੇ ਨੇ ਕੋਈ ਸ਼੍ਰੀ ਸਾਹਿਬ ਰੱਖੀ ਹੋਈ ਹੈ ਕਈ ਬੰਦਿਆਂ ਨੇ ਲਸੰਸੀ ਰਿਵਾਲਵਰ ਵੀ ਰੱਖੇ ਹੈ ਅਗਲਾ ਡੰਡਾ ਵੀ ਰੱਖਦਾ ਗੱਡੀ ਦੇ ਵਿੱਚ ਵੀ ਰੱਖੋ ਭਾਈ ਕੀ ਪਤਾ ਨਿਆਣੇ ਨਾਲ ਨੇ ਬੱਚੇ ਨੇ ਕੋਈ ਰਾਤ ਨੂੰ ਘੇਰ ਲਵੇ ਕੋਈ ਗੱਡੀ ਖੋਣ ਆ ਜੇ ਇਹ ਨੋਰਮਲ ਸ਼ਸਤਰ ਸਾਡੇ ਕੋਲ ਚਾਹੀਦਾ ਇਹ ਤੇ ਗੱਲ ਹੋਈ ਨਾ ਭਾਵੇਂ ਡੰਡੇ ਦੇ ਰੂਪ 'ਚ ਹੋਵੇ ਭਾਵੇਂ ਕੋਈ ਤਲਵਾਰ ਹੋਵੇ ਭਾਵੇਂ ਕੋਈ ਡੰਡਾ ਹੋਵੇ ਭਾਵੇਂ ਕੋਈ ਬਰਛਾ ਰੱਖ ਲੈ ਮਾੜਾ ਮੋਟਾ ਤੇ ਚਲੋ ਹੋਵੇ ਵੀ ਕੋਈ ਘੇਰ ਲਵੇਗਾ ਪਰ ਜਿਹੜੀ ਕੌਮੀ ਲੜਾਈ ਹੈ ਉਹ ਤੁਸੀਂ ਅੱਜ ਸ਼ਸਤਰਾਂ ਨਾਲ ਕਿੱਥੇ ਲੜ ਲਓਗੇ ਮੈਂ ਬੇਨਤੀ ਕੀਤੀ ਸੀ ਵੀ ਅੱਜ ਜ਼ਮਾਨਾ ਵਿਚਾਰਾਂ ਦਾ ਹੈ ਹਥਿਆਰਾਂ ਦਾ ਨਹੀਂ ਨੁਕਸਾਨ ਨਾ ਕਰਾਈਏ ਆਪਣੀ ਕੌਮ ਦਾ ਘੱਟ ਗਿਣਤੀ ਆ ਅਗਲੇ ਬਹੁ ਗਿਣਤੀ 'ਚ ਨੇ ਅਸੀਂ ਬੰਦੂਕਾਂ ਲੈ ਕੇ ਜਾਵਾਂਗੇ ਅਗਲੇ ਤੋਪਾਂ ਲੈ ਕੇ ਆਉਣਗੇ ਜਦੋਂ ਅਗਲੇ ਤੋਪਾਂ ਲੈ ਕੇ ਆਉਣਗੇ ਸਾਡਾ ਘਾਣ ਕਰਨਗੇ ਫਿਰ ਅਸੀਂ ਸਾਰੀ ਜ਼ਿੰਦਗੀ ਰੌਲਾ ਪਾਉਂਦੇ ਰਹਾਂਗੇ ਵੀ ਹਾਏ ਸਾਡੇ ਨਾਲ ਧੱਕਾ ਕਰਦੇ ਨੇ ਸਾਡੇ ਨਾਲ ਧੱਕਾ ਹੋ ਗਿਆ ਫਿਰ ਅਸੀਂ ਇਹ ਕਹਾਂਗੇ ਸਾਨੂੰ ਇਹ ਧਿਆਨ 'ਚ ਹੋਣਾ ਚਾਹੀਦਾ ਵੀ ਬਹੁ ਗਿਣਤੀ ਉੱਧਰ ਹੈ ਅਸੀਂ ਛੋਟਾ ਸਾਡੀ ਗਿਣਤੀ ਥੋੜੀ ਹੈ ਅਸੀਂ ਇਹ ਕੋਸ਼ਿਸ਼ ਕਰਨੀ ਹੈ ਮੈਂ ਇਹ ਗੱਲ ਕਹੀ ਹੈ ਇਹ ਥੋੜਾ ਕਿਹਾ ਵੀ ਜਿਹੜੀਆਂ ਕਿਰਪਾਨਾਂ ਪਾਈਆਂ ਨੇ ਕਿਰਪਾਨਾਂ ਨਾ ਰੱਖਿਆ ਕਰੋ ਹੱਥ 'ਚ ਨਾ ਰੱਖੋ ਗੱਡੀ 'ਚ ਵੀ ਚਾਹੀਦਾ ਮਾੜਾ ਮੋਟਾ ਸ਼ਸਤਰ ਤੇ ਚਾਹੀਦਾ ਹੀ ਹੁਣ ਅੱਜ ਦੇ ਸਮੇਂ ਵਿੱਚ ਜਥੇਦਾਰ ਇਹ ਕਹਿ ਸਕਦੇ ਨੇ ਅਕਾਲ ਤਖ਼ਤ ਦੇ ਵੀ ਸਾਰੇ ਸਿੰਘੋ ਸ਼ਸਤਰ ਲਿਆਓ ਬੰਦੂਕਾਂ ਲਿਆਓ ਆਪਾਂ ਹਰਿਦੁਆਰ ਕਬਜ਼ਾ ਲੈਣ ਚੱਲੀਏ ਹਰ ਕੀ ਪੌੜੀ ਦੇ ਗੁਰਦੁਆਰੇ ਦਾ ਕਹਿ ਸਕਦਾ ਕੋਈ ਜਥੇਦਾਰ ਆ ਜਿਹੜੇ ਮੈਨੂੰ ਕਹਿੰਦੇ ਹੈ ਵੀ ਸ਼ਸਤਰਾਂ ਦੇ ਵਿਰੁੱਧ ਨੇ ਇਹਨਾਂ ਨੂੰ ਕਹੋ ਵੀ ਸਾਰੇ ਸ਼ਸਤਰ ਲੈ ਕੇ ਇਕੱਠੇ ਹੋ ਕੇ ਚਲੇ ਜਾਣਗੇ ਗੁਰਦੁਆਰੇ ਦਾ ਕਬਜ਼ਾ ਲੈਣ ਕਦੇ ਵੀ
ਕਿੰਨੀਆਂ ਮਾਵਾਂ ਦੇ ਪੁੱਤ ਮਰ ਸਕਦੇ ਨੇ, ਕਿੰਨੇ ਬੰਦੇ ਤੁਰਨਗੇ ਇਸ ਪਾਸੇ, ਹਾਲਾਤ ਵੇਖਣੇ ਪੈਣਗੇ, ਸਮਾਂ ਵੇਖਣਾ ਪਏਗਾ ਕਿੱਦਾਂ ਦਾ ਹੈ। ਅਸਲ ਵਿੱਚ ਗੱਲ ਮਨ ਨੂੰ ਉਹ ਵਿਚਾਰ ਉਹ ਸੋਚ ਸਾਡੇ ਵਿੱਚ ਆਉਣੀ ਬੜੀ ਲਾਜ਼ਮੀ ਸੀ। ਜਦੋਂ ਸਮਾਂ ਹਥਿਆਰਾਂ ਦਾ ਸੀ ਉਦੋਂ ਹਥਿਆਰਾਂ ਨਾਲ ਵੀ ਸਿੰਘ ਜੂਝਦੇ ਰਹੇ ਭਾਈ, ਜਦੋਂ ਹਥਿਆਰਾਂ ਦਾ ਸਮਾਂ ਸੀ ਉਦੋਂ ਹਥਿਆਰਾਂ ਨਾਲ ਵੀ ਜੂਝਦੇ ਰਹੇ। ਅੱਜ ਜੇ ਸਾਡੀ ਧੀ ਭੈਣ ਨੂੰ ਆਪਾਂ ਇਕੱਲੇ ਜਾਂਦੇ ਹੋਈਏ, ਕੋਈ ਦੋ ਬੰਦੇ ਆ ਕੇ ਮੋਟਰਸਾਈਕਲ ਤੇ ਸਾਡੀ ਭੈਣ ਨੂੰ ਉਹਦੀ ਬਾਂਹ ਫੜ ਲੈਣ, ਧੱਕੇ ਨਾਲ ਖਿੱਚ ਕੇ ਐ ਲੈ ਕੇ ਜਾਣ, ਤੇ ਬੰਦਾ ਜਿੰਨੇ ਜੋਗਾ ਹੈ ਲੜੇਗਾ ਹੀ, ਇਕੱਲਾ ਹੀ ਆ ਦੋ ਬੰਦਿਆਂ ਨਾਲ ਵੀ ਲੜੇਗਾ, ਜੋ ਜਿੱਥੋਂ ਤੱਕ ਹੋ ਸਕਦਾ ਕਰੇਗਾ ਹੀ। ਇਹ ਤੇ ਗੱਲ ਹੈ ਹੀ ਹੈ, ਪਰ ਜਿਹੜੀ ਅਸਲ ਜਿਹੜੀ ਅੱਜ ਹਾਲ ਅੱਜ ਜੋ ਸਿਚੁਏਸ਼ਨ ਹੈ ਉਹਦੇ ਮੁਤਾਬਕ, ਸਾਡੀ ਗਿਣਤੀ ਦੇ ਮੁਤਾਬਕ ਸਾਨੂੰ ਉਦਾਂ ਦਾ ਕੁਛ ਫੈਸਲੇ ਲੈਣੇ ਪੈਣਗੇ। ਇਹ ਨਾ ਹੋਵੇ ਕਿ ਸਾਡੀ ਕੌਮ ਦਾ ਨੁਕਸਾਨ ਹੋਵੇ, ਇਹ ਨਾ ਹੋਵੇ। ਉਹ ਗੁਰੂ ਸਾਹਿਬ ਨੇ ਸਾਨੂੰ ਦੋਵੇਂ ਗੱਲਾਂ ਸਿਖਾਈਆਂ ਕਿ ਨਹੀਂ? ਹੁਣ ਵੇਖੋ, ਚਮਕੌਰ ਦੀ ਗੜੀ ਦੇ ਵਿੱਚ ਫੈਸਲਾ ਲੜਨ ਦਾ ਤੇ ਮਾਛੀਵਾੜੇ ਫੈਸਲਾ ਨਿਕਲਣ ਦਾ। ਮਾਛੀਵਾੜੇ ਕੀ ਕਹਿੰਦੇ, ਹੈ ਗੁਰੂ ਗੋਬਿੰਦ ਸਿੰਘ, ਪਰ ਕੀ ਕਹਿ ਕੇ ਨਿਕਲੇ ਸੀ ਭਲਾ? ਬੋਲਿਓ ਜਰਾ, ਕੌਣ ਨੇ ਜੀ? ਬੋਲੋ ਪਿਆਰੇ, ਹੋ ਉੱਚਦੇ ਪੀਰ ਬਣ ਕੇ, ਉੱਚਦੇ ਪੀਰ ਕੇਸ ਖੁੱਲੇ ਛੱਡ ਕੇ ਨਿਕਲੇ ਤੇ ਸਾਨੂੰ ਸਮਝਾ ਕੇ ਵੀ ਟਾਈਮ ਤੇ ਤੂੰ ਵੇਖਣਾ ਫੈਸਲਾ ਕਿੱਦਾਂ ਦਾ ਲੈਣਾ। ਆਖੋ ਸਤਨਾਮ, ਫੈਸਲਾ ਕਿੱਦਾਂ ਦਾ ਲੈਣਾ ਹੈ? ਨਿਕਲਣ ਦਾ ਫੈਸਲਾ ਉੱਥੇ ਸਹੀ ਹੈ, ਕਿਤੇ ਲੜਨ ਦਾ ਫੈਸਲਾ ਉਹ ਵੀ ਸਹੀ ਹੈ। ਉਹ ਤੇ ਹਾਲਾਤਾਂ ਤੇ ਡਿਪੈਂਡ ਕਰਦਾ ਵੀ ਤੁਹਾਡੇ ਤੇ। ਤਾਂ ਕਰਕੇ ਇੱਕ ਨਾ ਗੱਲ ਵੈਸੇ ਕਹੀ ਤੇ ਦੋ ਵਾਰ ਮੈਂ ਪਹਿਲਾਂ ਵੀ ਹੈ, ਫਿਰ ਕਹਿੰਦਾ ਜਿਹੜੇ ਸਮਝਣ ਵਾਲੇ ਅਸਲੀ ਗੁਰੂ ਨੇ ਨਾ, ਜਿਹੜੇ ਅਸਲੀ ਗੁਰੂ ਮਤਲਬ ਸਾਡੇ ਆਗੂ, ਉਹ ਕਦੇ ਵੀ ਸਿਧਾਂਤ ਨਹੀਂ ਦਿੰਦੇ, ਉਹ ਦਿੰਦੇ ਨੇ ਦ੍ਰਿਸ਼ਟੀ। ਸਮਝਿਓ, ਸਮਝੋਗੇ ਪਿਆਰੇ, ਨੋਟ ਕਰਿਓ, ਸਿਧਾਂਤ ਨਹੀਂ ਦਿੰਦੇ, ਦ੍ਰਿਸ਼ਟੀ ਦਿੰਦੇ ਹੈ, ਨਜ਼ਰੀਆ। ਕਿਵੇਂ ਭਲਾ? ਉਹ ਕਹਿੰਦੇ ਹੈ ਜੇ ਇਹ ਸਿਧਾਂਤ ਦਿੱਤਾ ਵੀ ਲੜ ਕੇ ਮਰਨਾ ਹੈ, ਇਹ ਸਾਡਾ ਸਿਧਾਂਤ ਹੈ ਵੀ ਲੜਨਾ ਹੈ ਤੇ ਮਰਨਾ ਹੈ। ਇਹ ਸਿਧਾਂਤ ਦਿੱਤਾ ਫਿਰ ਹਰੇਕ ਥਾਂ ਤੇ ਲੜਨਾ ਹੀ ਪੈਣਾ, ਭਾਵੇਂ ਬੰਦੇ ਥੋੜੇ ਅੱਗੇ ਆਉਣ, ਭਾਵੇਂ ਬੰਦੇ ਜ਼ਿਆਦਾ ਆਉਣ। ਉਹ ਦਿੰਦੇ ਨੇ ਦ੍ਰਿਸ਼ਟੀ। ਉਹ ਦ੍ਰਿਸ਼ਟੀ ਦਾ ਮਤਲਬ ਵੀ ਤੂੰ ਵੇਖ ਇੱਥੇ ਕੀ ਕਰਨਾ ਹੈ। ਧਿਆਨ ਨਾਲ ਸੁਣਿਆ, ਇੱਕ ਬੰਦਾ ਉਹ ਹੁੰਦਾ ਜਿਹੜਾ ਅੰਨੇ ਬੰਦੇ ਨੂੰ ਰਾਹ ਵਿਖਾਉਂਦਾ। ਅੰਨਾ ਬੰਦਾ ਪੁੱਛਦਾ, ਹਾਂਜੀ ਕਿੱਧਰ ਨੂੰ ਜਾਵਾਂ? ਉਹ ਕਹਿੰਦਾ ਹੁਣ ਸੱਜੇ ਨੂੰ ਮੁੜ ਜਾ, ਖੱਬੇ ਨੂੰ ਮੁੜ ਜਾ, ਸੱਜੇ ਨੂੰ ਮੁੜ ਜਾ। ਇੱਕ ਤੇ ਉਹ ਆਗੂ ਨੇ ਜਿਹੜੇ ਕਹਿੰਦੇ ਨੇ ਵੀ ਅੰਨਾ ਅੰਨਾ ਹੀ ਰਵੇ ਤੇ ਮੈਨੂੰ ਹੀ ਪੁੱਛ ਕੇ ਚੱਲੇ ਤਾਂ ਹੀ ਮੇਰੀ ਕਦਰ ਹੈ, ਦੱਸੋ ਜੀ ਹੁਣ ਕਿੱਧਰ ਨੂੰ ਮੁੜਾਂ, ਹੁਣ ਕਿੱਧਰ ਨੂੰ ਮੁੜਾਂ। ਇੱਕ ਆਗੂ ਉਹ ਹੁੰਦੇ ਨੇ ਜਿਹੜੇ ਕਹਿੰਦੇ ਨੇ ਇਹਦੀਆਂ ਅੱਖਾਂ ਦਾ ਆਪਰੇਸ਼ਨ ਕਰੋ, ਇਹਨੂੰ ਆਪ ਹੀ ਦਿਸਣ ਲੱਗ ਜੇ, ਆਪ ਹੀ ਵੇਖ ਲਿਆ ਕਰੇ। ਆਖੋ ਸਤਨਾਮ, ਇਹ ਗੱਲ ਨੂੰ ਨੋਟ ਕਰਿਓ, ਜਿਹੜੇ ਪਹਿਲੇ ਸਮਿਆਂ ਦੇ ਵਿੱਚ ਆਗੂ ਆਏ ਹੈ, ਕਈਆਂ ਨੇ ਤੇ ਸਿਧਾਂਤ ਦਿੱਤੇ ਹੈ ਵੀ ਮੈਨੂੰ ਪੁੱਛੋ ਆਹ ਆਹ ਮਰਿਆਦਾ, ਤੇ ਸਾਡੇ ਗੁਰੂ ਸਾਹਿਬ ਨੇ ਕਿਹਾ ਨਹੀਂ, ਇਹਨੂੰ ਦ੍ਰਿਸ਼ਟੀ ਦਿਓ, ਆਪੇ ਵੇਖੇ, ਆਪੇ ਵੇਖੇ ਵੀ ਹਾਲਾਤ ਕਿੱਦਾਂ ਦੇ ਨੇ, ਇਹਨਾਂ ਹਾਲਾਤਾਂ ਵਿੱਚ ਅਸੀਂ ਕੀ ਕਰੀਏ। ਜਿਵੇਂ ਹੁਣ ਵੇਖੋ ਨਾ, ਕਿਸੇ ਵੇਲੇ ਜੈਨੀਆਂ ਦੀ ਮਰਿਆਦਾ ਹੈ ਕਿ ਨੰਗੇ ਪੈਰੀ ਉਹ ਤੁਰਦੇ ਹੈ, ਕਹਿੰਦੇ ਪੈਰਾਂ ਥੱਲੇ ਕੋਈ ਕੀੜਾ ਨਾ ਆ ਜਾਏ, ਹੋ ਗਈ ਨਾ ਗੱਲ। ਉਹਨਾਂ ਨੇ ਇਸ ਕਰਕੇ ਨੰਗੇ ਪੈਰੀ ਤੁਰਨ ਦਾ ਫੈਸਲਾ ਲੈ ਲਿਆ। ਹੁਣ ਜ਼ਮਾਨਾ ਕਿਹੜਾ ਆ ਗਿਆ, ਹੁਣ ਕਈ ਕਈ ਜੈਨੀਆਂ ਨੂੰ ਤੁਸੀਂ ਵੇਖਿਓ ਛੜਖਟੇ ਤੁਰੇ ਜਾਣਗੇ, ਏਦਾਂ ਕੱਪੜੇ ਲਪੇਟੇ ਹੋਣਗੇ ਜੁੱਤੇ ਪੈਰ ਦੇ ਉੱਤੇ, ਪੈਰ ਤੇ ਕੱਪੜੇ ਲਪੇਟੇ ਨੇ, ਕੀ ਕਹਿਣਗੇ? ਕਹਿੰਦੇ ਸਾਡੇ ਤੇ ਗੁਰੂ ਜੀ ਕਹਿ ਗਏ ਆ ਸਿਧਾਂਤ ਹੈ ਵੀ ਜੁੱਤੀ ਨਹੀਂ ਪਾਉਣੀ, ਕੱਪੜੇ ਲਪੇਟ ਲੈਂਦੇ ਨੇ, ਕੱਪੜਿਆਂ ਦੇ ਬੂਟ ਨਹੀਂ ਪਾਉਂਦੇ। ਆਖੋ ਸਤਨਾਮ, ਕੱਪੜੇ ਲਪੇਟ ਲੈਂਦੇ ਆ, ਪਰ ਇਹ ਨਹੀਂ ਵੀ ਇਹਨਾਂ ਕੱਪੜਿਆਂ ਦੇ ਬੂਟ ਬਣਾ ਲਈਏ। ਕਹਿੰਦੇ ਸਵਾਰੀ ਨਹੀਂ ਕਰਨੀ, ਘੋੜੇ ਦੀ ਸਵਾਰੀ ਕਰਦੇ ਸੀ ਉਦੋਂ, ਉਸ ਵੇਲੇ ਤੇ ਸਹੀ ਗੱਲ ਹੈ ਘੋੜੇ ਦੀ ਸਵਾਰੀ ਕਰਦੇ ਸੀ ਲੋਕੀ ਬਲਦਾਂ ਤੇ, ਉਸ ਵੇਲੇ ਬੈਲ ਗੱਲੀਆਂ ਹੁੰਦੀਆਂ ਸੀ, ਰੱਥ ਹੁੰਦੇ ਸੀ। ਉਹ ਕਹਿੰਦੇ ਘੋੜਾ ਕੋਈ ਇਹ ਤੁਹਾਡੇ ਲਈ ਥੋੜਾ ਬਣਿਆ ਵੀ ਬੰਦੇ ਦਾ ਹੀ ਭਾਰ ਚੁੱਕੀ ਜਾਵੇ, ਇਹ ਉਹਨਾਂ ਦੀ ਸੋਚ ਸੀ। ਉਹ ਤੇ ਸਮਾਂ ਲੰਘ ਗਿਆ, ਹੁਣ ਉਹ ਸਵਾਰੀ ਚ ਕਹਿੰਦੇ ਸਾਨੂੰ ਤੇ ਕਹਿ ਕੇ ਬਹਿਣਾ ਹੀ ਨਹੀਂ, ਹੁਣ ਜਹਾਜ਼ ਵਿੱਚ ਵੀ ਨਹੀਂ ਬਹਿੰਦੇ, ਉਹ ਗੱਡੀ ਵਿੱਚ ਵੀ ਨਹੀਂ ਬਹਿੰਦੇ, ਹੁਣ ਹਾਰਸ ਖਤਮ ਹੋ ਗਿਆ, ਹਾਰਸ ਪਾਵਰ ਦੀਆਂ ਗੱਡੀਆਂ ਆ ਗਈਆਂ। ਆ ਗੱਡੀ ਕਿੰਨੇ ਹਾਰਸ ਪਾਵਰ ਦੀ ਹੈ, ਤੇ ਗੱਡੀਆਂ ਨਾਲ ਕਿਹੜੇ ਜੀਵ ਮਰਦੇ ਨੇ,
ਉਹ ਅਜੇ ਤੱਕ ਵੀ ਉੱਥੇ ਖੜੇ ਹੈ ਤਾਂ ਕਰਕੇ ਭਾਈ ਅਸਲੀ ਜੇ ਗੁਰੂ ਹੈ ਨਾ ਕੋਈ ਆਗੂ ਉਹ ਕਹਿੰਦਾ ਤੁਸੀਂ ਆਪ ਵੇਖਿਓ ਵੀ ਸਮਾਂ ਕਿੱਦਾਂ ਦਾ ਹੈ ਤੇ ਉਦਾਂ ਦੀ ਮਰਿਆਦਾ ਘੜ ਲਿਓ ਉਦਾਂ ਦੇ ਸਿਧਾਂਤ ਬਣਨਗੇ ਉਹ ਤੁਹਾਨੂੰ ਵੇਖਣਾ ਪੈਣਾ ਹੈ ਵੀ ਹਾਲਾਤ ਕਿੱਦਾਂ ਦੇ ਹੈ ਉਹਨਾਂ ਦੇ ਮੁਤਾਬਕ ਤੁਹਾਨੂੰ ਸਿਧਾਂਤ ਘੜਨੇ ਪੈਣਗੇ ਉਦਾਂ ਦਾ ਸਿਸਟਮ ਬਣਾਉਣਾ ਪਏਗਾ ਆਓ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਆਪਾਂ ਫਿਰ ਉਹਨਾਂ ਦਾ ਸਤਿਕਾਰ ਕਰੀਏ ਪਹਿਲਾਂ ਜਿਹੜੇ ਅੰਮ੍ਰਿਤ ਛਕ ਕੇ ਆਏ ਆ ਉਹਨਾਂ ਨੂੰ ਜੀ ਆਇਆਂ ਕਹੀਏ ਸੰਗਤ ਨੇ ਆਪਣੀ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਟਿਕਾ ਬਣਾ ਕੇ ਰੱਖਿਓ ਹਿਲਜੁਲ ਨਾ ਹੋਵੇ ਇਕਾਗਰਤਾ ਬਣਾਈ ਰੱਖਿਓ ਜੀ ਆਇਆਂ ਨੂੰ ਕਹੀਏ ਜਿਹੜੇ ਅੰਮ੍ਰਿਤ ਛਕ ਕੇ ਆ ਰਹੇ ਹੈ ਜਿਹੜੇ ਸਿੰਘ ਸਜੇ ਹੈ ਜਿਨ੍ਹਾਂ ਨੂੰ ਸਤਿਗੁਰ ਜੀ ਨੇ ਆਪਣੇ ਬਣਾਇਆ ਆਓ ਸਾਰਿਆਂ ਨੂੰ ਵਧਾਈ ਦੇਈਏ ਨਾਲ ਕਿਤੇ ਮੇਰੀ ਵੀ ਨਭਾਈ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਲਾਈ ਉਹਨਾਂ ਦੀ ਨਿਭੀ ਕਿਤੇ ਮੇਰੀ ਵੀ ਨਭਾਈ ਸੱਚੇ ਪਾਤਸ਼ਾਹ ਜਿਨ੍ਹਾਂ ਲਾਈ ਉਹਨਾਂ ਦੀ ਨਿਭੀ ਕਿਤੇ ਮੇਰੀ ਵੀ ਨਭਾਈ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਲਾਈ
ਪ੍ਰਾਨੀ ਗੁਰੂ ਵਾਲੇ ਬਣੇ ਸਿੰਘ ਸਜੇ ਬਹੁਤ 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 ਵਧਾਈਆਂ ਆਓ ਜਿਹੜੇ ਸਿੰਘ ਸਜੇ ਉਹਨਾਂ ਨੂੰ ਵਧਾਈ ਦਈਏ ਜਿਹਨਾਂ ਨੂੰ ਚਾਹ ਸੰਗਿਓ ਨਾ ਬੋਲੇ ਕਾਫਲਾ ਵਧੇ ਅੰਮ੍ਰਿਤ ਛਕਣ ਵਾਲਿਆਂ ਦਾ ਗਿਆਨ ਅੰਮ੍ਰਿਤ ਛਕਣ ਵਾਲਿਆਂ ਦਾ ਨੌਲੇਜ ਵਿੱਚ ਵਾਧਾ ਹੋਵੇ ਸਮਝ ਵਿੱਚ ਵਾਧਾ ਹੋਵੇ ਪਰਸਨੈਲਿਟੀ ਡਿਵੈਲਪ ਹੋਵੇ ਜਿਉਣ ਦਾ ਚੱਜ ਆਵੇ ਆਪਣੇ ਆਪ ਨੂੰ ਚੈੱਕ ਕਰਿਆ ਕਰੋ ਮੇਰਾ ਸੁਭਾਅ ਬਦਲਿਆ ਮੈਂ ਥੋੜ੍ਹਾ ਜਿਹਾ ਹਿੰਮਤ ਵਾਲਾ ਬਣਿਆ ਆਪਣੇ ਕੰਮ ਸਹੀ ਕਰਨ ਲੱਗਿਆ ਜ਼ਿੰਮੇਵਾਰੀ ਨਿਭਾਉਣ ਲੱਗਿਆ ਆਲਸੀ ਤੇ ਨਹੀਂ ਹੋ ਗਿਆ ਪਿਆ ਤੇ ਨਹੀਂ ਰਹਿੰਦਾ ਮੈਂ ਗੁਰਬਾਣੀ ਦਾ ਗਿਆਨ ਆਉਣ ਦਾ ਮਤਲਬ ਇਹ ਹੈ ਵੀ ਜ਼ਿੰਦਗੀ 'ਚ ਕੁਛ ਚੇਂਜ ਆਈ ਹੈ ਕੋਈ ਚਮਕਿਆ ਤੂੰ ਅੱਗੇ ਨਾਲੋਂ ਵੱਧ ਤੇਰੀ ਪਰਸਨੈਲਿਟੀ ਡਿਵੈਲਪ ਹੋਈ ਹੈ